રાઇટર એન્ડ ડિરેક્ટર સારા જગજી સર ਨੂੰ પૂછਣਾ ਚਾਹੂੰਗੀ ਕੁਐਸਚਨ ਇਹਨਾਂ ਬਾਰੇ ਪਹਿਲਾਂ ਦੱਸਦਾ ਕਿ ਇਹਨਾਂ ਨੇ ਇੱਕ ਨੋਵਲ ਰਿਟਰਨ ਕੀਤੀ ਸੀ ਕੰਫੈਸ਼ਨ ਐਂਡ ਇੱਕ ਤਾ ਜਗਵੀਰ ਸਿੰਘ ਸਰ ਬਾਰੇ ਮੈਂ ਦੱਸਣਾ ਚਾਹੂੰਗੀ ਕਿ ਇਹਨਾਂ ਨੇ ਇੱਕ ਨੋਵਲ ਲਿਖੀ ਸੀ ਕਨਫੈਸ਼ਨ ਐਂਡ ਦੇ ਇੱਕ ਸ਼ਾਰਟ ਮੂਵੀ ਲਿਖੀ ਸੀ ਨਾਨੀਮਾ ਜਿਹਨੂੰ ਪੂਨੇ ਦੇ ਵਿੱਚ ਇੱਕ ਵੈਂਟ ਦੇ ਦੌਰਾਨ 1100 ਫਿਲਮਾਂ ਚ ਟੌਪ 4 ਚ ਆਈ ਸੀ ਉਹ ਮੂਵੀ ਨਾਨੀਮਾ ਤੇ ਗੋਆ ਫਿਲਮ ਫੈਸਟੀਵਲ ਚ ਵੀ ਬੈਕਗ੍ਰਾਉਂਡ ਮਿਊਜ਼ਿਕ ਲਈ ਨੋਮੀਨੇਟ ਕੀਤੀ ਗਈ ਸੀ ਤਾਂ ਇੱਕ ਵਾਰੀ ਜ਼ੋਰਦਾਰ ਤਾਲੀਆਂ ਹੋ ਜਾਏ ਪਲੀਜ਼ ਸਾਡੇ ਰਾਈਟਰ ਐਂਡ ਡਾਇਰੈਕਟਰ ਦੇ ਲਈ ਸੋ ਓਵਰ ਟੂ ਯੂ ਸਰ ਹਾਂਜੀ ਓਵਰ ਟੂ ਯੂ ਯੈਸ ਕੀ ਦੱਸ ਮੈਂ ਇਹਨਾਂ ਵਧੀਆ ਨਵਾਂ ਨਵਾਂ ਕਨਸੈਪਟ ਸਾਡੀ ਇੰਡਸਟਰੀ ਦੇ ਲਈ ਲੈ ਕੇ ਆ ਰਹੇ ਹੋ ਹਾਂਜੀ ਪਹਿਲਾਂ ਮੈਂ ਇੱਕ ਜਿੱਦਾਂ ਭਾਜੀ ਨੇ ਦੱਸਿਆ ਸੀਗਾ ਮੈਂ ਭਾਜੀ ਨੂੰ ਪਹਿਲਾਂ ਇੱਕ ਸਟੋਰੀ ਸੁناਈ ਸੀਗੀ ਅਸੀਂ ਮਿਲੇ ਕਾਫੀ ਟਾਈਮ ਮੈਨੂੰ ਲੱਗਾ ਦਾ ਇੱਕ ਕੈਂਟਾ ਬੈਠੇ ਰਹੇ ਪੂਰੀ ਨਰੇਟ ਕੀਤੀ ਕਹਾਣੀ ਹੈ ਨਾ ਤੇ ਨਰੇਟ ਕਰਨ ਤੋਂ ਬਾਅਦ ਜਦ ਮੈਂ ਪੁੱਛਿਆ ਵੀ ਕਿੱਦਾਂ ਲੱਗੀ ਕਹਿੰਦੇ ਬਾਕੀ ਦਾ ਸਾਰਾ ਕੁਝ ਠੀਕ ਹੈ ਪਰ ਕਹਾਣੀ ਦੇ ਵਿੱਚ ਇੱਕ ਵਿਆਹ ਹੁੰਦਾ ਵੀ ਮੈਂ ਵਿਆਹ ਵਾਲੀ ਫਿਲਮ ਨਹੀਂ ਕਰਨੀ ਹੈ ਨਾ ਵੀ ਤੁਸੀਂ ਦੇਖ ਲਓ ਜੇ ਕਿਸੇ ਹੋਰ ਦੇ ਨਾਲ ਕਰਨੀ ਚਾਹੁੰਦੇ ਆ ਤਾਂ ਉਹਦੇ ਨਾਲ ਕਰ ਲਓ ਪਰ ਮੈਂ ਵਿਆਹ ਵਾਲੀ ਫਿਲਮ ਨਹੀਂ ਕਰਨੀ ਤੇ ਮੇਰੇ ਨਾਲ ਵੀ ਸੀਗੇ ਸਾਡੀ ਟੀਮ ਦੇ ਬੰਦੇ ਸੀਗੇ ਤੇ ਉਹ ਜਦੋਂ ਅਸੀਂ ਉੱਥੋਂ ਬਾਹਰ ਨਿਕਲੇ ਤੇ ਸਾਰੇ ਜਣੇ ਕਹਿ ਰਹੇ ਚਲੋ ਯਾਰ ਦੇਖਦੇ ਆ ਕਿਸੇ ਹੋਰ ਦੇ ਨਾਲ ਕਰ ਲੈਂਦੇ ਆ ਵੀ ਆਪਣਾ ਕਨਸੈਪਟ ਤਾਂ ਵਧੀਆ ਕਿਸੇ ਹੋਰ ਦੇ ਨਾਲ ਕਰ ਮੈਨੂੰ ਉਦੋਂ ਇਹ ਫੀਲ ਹੋਇਆ ਮੈਂ ਕਿਹਾ ਨਹੀਂ ਮੈਂ ਕਿਹਾ ਵੀ ਬਾਈ ਨੇ ਮੂੰਹ ਤੇ ਹੀ ਕਹਿ ਦਿੱਤਾ ਕਿ ਵੀ ਮੈਂ ਇਹ ਕੰਮ ਨਹੀਂ ਕਰਨਾ ਵੀ ਇਦਾਂ ਦੀਆਂ ਫਿਲਮਾਂ ਆ ਰਹੀਆਂ ਤੇ ਇਹ ਵੀ ਕੁਝ ਡਿਫਰੈਂਟ ਕਰਨਾ ਮੈਂ ਕਿਹਾ ਇਹਦਾ ਮਤਲਬ ਸਾਡੇ 'ਚ ਕੋਈ ਕਮੀ ਹੈ ਤੇ ਤਿੰਨ ਚਾਰ ਦਿਨਾਂ ਬਾਅਦ ਮੈਂ ਫੇਰਾਂ ਨੂੰ ਫੋਨ ਕੀਤਾ ਦੁਬਾਰਾ ਮੈਂ ਕਿਹਾ ਵੀ ਇਦਾਂ ਦਾ ਕਰਕੇ ਮੇਰੇ ਕੋਲ ਇੱਕ ਕਨਸੈਪਟ ਪਿਆ ਵੀ ਉਹਦੇ ਵਿੱਚ ਵੀ ਇੱਕ ਬੰਦੇ ਦਾ ਹਾਰਟ ਜਿਹੜਾ ਉਹ ਚੇਂਜ ਹੋ ਜਾਂਦਾ ਤੇ ਉਹ ਚੋਰੀਆਂ ਕਰਨ ਲੱਗ ਪੈਂਦਾ ਹਜੇ ਮੈਂ ਇੰਨੀ ਗੱਲ ਕੀਤੀ ਇਹ ਕਹਿੰਦੇ ਠੀਕ ਹੈ ਠੀਕ ਹੈ ਕਹਿੰਦੇ ਚਲੋ ਓਕੇ ਹੈ ਡਨ ਹੈ ਇਹਦੇ ਤੇ ਕੰਮ ਕਰ ਲਓ ਕਹਿੰਦੇ ਤੇ ਮੈਂ ਲੱਕੀ ਫੀਲ ਕਰਦਾ ਕਿ ਮੈਂ ਬਾਈ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਕਿਉਂਕਿ ਅਸੀਂ ਜਦੋਂ ਸਕ੍ਰਿਪਟ ਦਾ ਸਕ੍ਰੀਨ ਪਲੇ ਵੀ ਕਰਦੇ ਸੀਗੇ 2-4 ਸੀਨ ਲਿਖਦੇ ਸੀਗੇ ਤੇ ਮੈਂ ਬਾਈ ਨੂੰ ਫੋਨ ਕਰਦਾ ਸੀਗਾ ਤੇ ਇਹ ਮੇਰੇ ਕੋਲ ਆ ਜਾਂਦੇ ਸੀ ਅਸੀਂ ਤਿੰਨ ਤਿੰਨ ਚਾਰ ਚਾਰ ਘੰਟੇ ਬੈਠੇ ਡਿਸਕਸ ਹੀ ਕਰੀ ਜਾਂਦੇ ਸੀਗੇ ਵੀ ਨਹੀਂ ਇਦਾਂ ਨਹੀਂ ਇਦਾਂ ਮਤਲਬ ਕਿ ਵੀ ਬਲੇਸਿਆ ਮੈਂ ਕਿ ਵੀ ਇਨਾ ਨੇ ਮਤਲਬ ਸਕ੍ਰਿਪਟ ਦੇ ਵਿੱਚ ਨਾਲ ਬੈਠੇ ਗਾਈਡ ਵੀ ਕੀਤਾ ਤੇ ਬਾਕੀ ਦੂਜੀ ਗੱਲ ਜਿਹੜੇ ਬਾਕੀ ਦੇ ਵੀ ਐਕਟਰ ਨੇ ਸਾਰੇ ਗਰਚੇਤ ਭਾਜੀ ਹੋ ਗਏ ਇਹ ਵੀ ਮੇਰੇ ਲਈ ਮਤਲਬ ਕਿ ਵੀ ਬਹੁਤ ਵੱਡੀ ਓਪਰਚੁਨਿਟੀ ਸੀਗੀ ਕਿ ਵੀ ਪਹਿਲੀ ਫਿਲਮ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਛੋਟੇ ਹੁੰਦੇ ਸੀ ਦੇਖਦੇ ਆਏ ਆ ਤੇ ਭਾਜੀ ਨੂੰ ਦੱਸਿਆ ਕਿ ਵੀ ਇਦਾਂ ਦਾ ਕਰਕੇ ਦਮਨ ਬਾਰੇ ਦੱਸਦਾ ਦਮਨ ਹੁੰਦਾ ਸੀ ਇਹਨਾਂ ਦੇਖਿਆ ਸੀ ਛੋਟੇ ਹੁੰਦੇ ਨੂੰ ਮਤਲਬ ਅੱਗੇ ਵੀ ਇਹਨੂੰ ਦੇਖ ਦੇ ਕੇ ਮਤਲਬ ਕਿ ਸਿੱਕਤ ਇਹ ਵੀ ਛੋਟਾ ਹੀ ਵੈਸੇ ਪਰ ਅਸੀਂ ਪਰ ਇਹਨੂੰ ਬਹੁਤ ਜਿਆਦਾ ਦੇਖਿਆ ਹੋਇਆ ਸੀ ਕਿ ਨਾ ਜਦੋਂ ਮੈਨੂੰ ਪਤਾ ਲੱਗਾ ਵੀ ਦਮਨ ਵੀ ਮਤਲਬ ਕਿ ਵੀ ਭਾਜੀ ਨੇ ਦੱਸਿਆ ਵੀ ਹੈ ਨਾ ਵੀ ਦਮਨ ਇੱਥੇ ਆ ਤੇ ਅਸੀਂ ਦਮਨ ਨੂੰ ਅਪਰੋਚ ਕੀਤਾ ਤੇ ਦਮਨ ਨੇ ਜਿਹੜਾ ਕਰੈਕਟਰ ਕੀਤਾ ਉਹ ਮੈਨੂੰ ਇਦਾਂ ਲੱਗ ਰਿਹਾ ਕਿ ਵੀ ਉਹ ਕਰੈਕਟਰ ਹੀ ਇਹਦੇ ਲਈ ਲਿਖਿਆ ਹੋਇਆ ਹੁੰਦਾ ਜਦਾਂ ਹਾਂਜੀ ਤੇ ਮੈਡਮ ਜਦੋਂ ਇਨ ਹੋਏ ਆ ਇਨਾਂ ਦੀ ਚਲੋ ਪਹਿਲੀ ਫਿਲਮ ਸੀਗੀ ਪਰ ਸਾਨੂੰ ਇਦਾਂ ਫੀਲ ਨਹੀਂ ਹੋਇਆ ਵੀ ਐਕਟਿੰਗ ਵਾਈਜ਼ ਵੀ ਪਹਿਲਾ ਕੰਮ ਆ ਕਿਉਂਕਿ ਪਹਿਲਾ ਇਹਨਾਂ ਨੇ ਕੀਤਾ ਵੀ ਹੋਇਆ ਸੀ। ਕੁੱਲ ਮਿਲਾ ਕੇ ਕਹ ਲਓ ਵੀ ਸਾਰੇ ਜ्याने ਬਹੁਤ ਵਧੀਆ ਸੀ। ਮੇਰੇ ਲਈ ਮਤਲਬ ਹੈ ਕਿ ਮੈਂ ਲੱਕੀ ਹਾਂ ਫੀਲ ਕਰਦਾ ਕਿ ਵੀ ਮਤਲਬ ਕਿ ਵੀ ਇੰਨੇ ਵਧੀਆ ਐਕਟਰ ਮੈਨੂੰ ਪਹਿਲੀ ਫਿਲਮ 'ਚ ਹੀ ਮਿਲੇ ਹਾਂ ਜੀ। ਬਿਲਕੁਲ। ਹਾਂ ਜੀ ਥੈਂਕ ਯੂ। ਸਾਡੇ ਲਈ ਵੀ ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਤੁਸੀਂ ਇੰਨਾ ਵਧੀਆ ਸਿਨੇਮਾ ਸਾਡੀ ਇੰਡਸਟਰੀ ਲਈ ਲੈ ਕੇ ਆ ਰਹੇ ਹੋ। ਦਾ ਥੈਂਕ ਯੂ ਫਾਰ ਥੈਟ ਆਲਸੋ। ਸੋ ਅਗੁਰਚੇ ਜੀ ਸਰਕਾਰ ਸਰ ਦਾ ਓਵਰ ਟੂ ਪਲੀਜ਼ ਸਰ। ਸਰ ਤੋਂ ਬੋਸ਼ਾ ਲੌਕਿੰਗ ਸਰ ਹਮੇਸ਼ਾ ਹੀ ਥੋਟੂ ਫਨੀ ਕਰੈਕਟਰ ਦੇ ਵਿੱਚ ਦੇਖਦੇ ਆ ਰਹੇ ਤੁਸੀਂ ਹਮੇਸ਼ਾ ਹੀ ਹਸਾਉਂਦੇ ਹੋ ਆਪਣੀ ਆਡੀਅנס ਨੂੰ ਤੇ ਕਨੈਕਟ ਕਰਕੇ ਰੱਖਦੇ ਹੋ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋ ਇਸ ਮੂਵੀ ਦੇ ਵਿੱਚ ਕਿੰਨਾ ਘਰ ਹਸਾਨ ਵੱਲਿਆ ਸਾਰੀ ਆਡੀਅੰਸ ਨੂੰ ਬਿਲਕੁਲ ਸਾਰਿਆਂ ਨੂੰ ਸਤਿਕਾਰ ਜੀ ਜੀ ਇਸ ਫਿਲਮ ਦੇ ਵਿੱਚ ਮੇਰਾ ਕਰੈਕਟਰ ਹੈ ਜੀ ਪੰਡਤ ਦਾ ਕਰੈਕਟਰ ਹੈ ਤੇ ਮੈਂ ਬਹੁਤ ਇੰਜੋਏ ਕੀਤਾ ਸੀ ਆਪਣੇ ਕਰੈਕਟਰ ਨਾਲ ਤੁਸੀਂ ਵੀ ਬਹੁਤ ਜ਼ਿਆਦਾ ਇੰਜੋਏ ਕਰੋਗੇ ਜਦੋਂ ਅਸੀਂ ਕਰੈਕਟਰ ਦੇ ਨਾਲ ਆਪ ਇੰਜੋਏ ਕਰਦੇ ਆਂ ਤਾਂ ਲੋਕਾਂ ਨੇ ਆਪਣੇ ਆਪ ਹੀ ਕਰਨਾ ਹੁੰਦਾ ਸੋ ਕਮੇਡੀ ਵੀ ਹੈ ਬਾਕੀ ਜੰਗਵੀਰ ਬਾਈ ਜੀ ਦੀ ਬਹੁਤ ਵਧੀਆ ਡਾਇਰੈਕਸ਼ਨ ਵੀ ਹੈ ਬਾਕੀ ਇੱਕ ਹੋਰ ਵੱਡੀ ਗੱਲ ਹੈ ਤਿੰਨ ਸੰਦੂ ਇਕੱਠੇ ਹੋਏ ਹੋਏ ਨੇ ਵਾਓ ਮੇਰਾ ਬੇਟੇ ਨੇ ਵੀ ਮੇਰੇ ਨਾਲ ਕਰਿਆ ਕੰਮ ਪਰ ਮੇਰੇ ਨਾਲ ਫਿਲਮ ਚ ਨਹੀਂ ਹੈਗਾ ਉਹ 20 ਸਾਲਾਂ ਤੋਂ ਮੇਰੇ ਨਾਲ ਇਕੱਠੀ ਹੈ ਜੀ ਪਰ ਫਿਲਮ ਦੇ ਵਿੱਚ ਅਸੀਂ ਇਕੱਠੇ ਨਹੀਂ ਹੋਏ ਹੈਗੇ ਸੋ ਬਹੁਤ ਸਾਰੇ ਸਪੋਰਟ ਕਰੋ 25 ਤਰੀਕ ਨੂੰ ਫਿਲਮ ਲੱਗ ਰਹੀ ਹੈ ਤੇ ਫਿਲਮ ਬਣਾਉਣੀ ਬਹੁਤ ਸੌਖੀ ਹੈ ਪਰ ਪ੍ਰਮੋਸ਼ਨ ਬਹੁਤ ਔਖਾ ਹੁੰਦਾ ਹੈ ਹਨਾ ਸੋ ਸਾਰੇ ਜਣੇ ਸਾਰੇ ਮੇਰੇ ਵੀਰ ਮੇਰੇ ਜਿੰਨੇ ਵੀ ਨੇ ਗਿੱਲ ਸਾਹਿਬ ਸਾਰੇ ਤੁਸੀਂ ਸਪੋਰਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਓਵਰ ਟੂ ਦਮਨ ਸਰ ਤੁਸੀਂ ਵੀ ਪਲੀਜ਼ ਆਪਣੇ ਕੈਰੈਕਟਰ ਬਾਰੇ ਬਰੀਫ ਕਰੋ ਸਾਡੀ ਆਡੀਅנס ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਜਿਹੜਾ ਦਿਲ ਪੈਂਦਾ ਹੁੰਦਾ ਜਗਜੀਤ ਬਾਈ ਦੇ ਉਹ ਮੇਰੇ ਡੈਡ ਦਾ ਹੁੰਦਾ ਤੇ ਬਾਕੀ ਮੇਰਾ ਜਿਹੜਾ ਕੈਰੈਕਟਰ ਹੈ ਜੇ ਥੋੜਾ ਜਿਹਾ ਕਨਫਿਊਜ਼ਿੰਗ ਆ ਵੀ ਕਦੇ ਤਾਂ ਮੈਂ ਮਤਲਬ ਫਨੀ ਹੋ ਜਾਣਾ ਕਦੇ ਮੈਂ ਇੱਕਦਮ ਹੀ ਕ੍ਰੈਕ ਜਾ ਹੋ ਜਾਣਾ ਵੀ ਹਾਂ ਮੈਂ ਸੀਰੀਅਸ ਲੈ ਜਾਣਾ ਸੋ ਤੁਸੀਂ ਦੇਖੋਗੇ ਫਿਲਮ ਤਾਂ ਬਾਈ ਨੇ ਜਿਵੇਂ ਦੱਸਿਆ ਕਿ ਸਿਚੁਏਸ਼ਨਲ ਕਾਮੇਡੀ ਆ ਤੇ ਉਵੇਂ ਨਹੀਂ ਹੈਗੇ ਵੀ ਮੈਂ ਵੀ ਬਾਈ ਨਾਲ ਐਗਰੀ ਕਰਦਾ ਕਿ ਵਧੀਆ ਵਿਆਹ ਵਾਲੀ ਫਿਲਮ ਨਹੀਂ ਹੈਗੀ ਤੇ ਇੱਕ ਡਿਫਰੈਂਟ ਕਨਸੈਪਟ ਆ ਤੇ ਜੰਗਵੀਰ ਵੀਰੇ ਨੇ ਵਧੀਆ ਇੱਕ ਬਹੁਤ ਵਧੀਆ ਸਟੋਰੀ ਲਿਖੀ ਆ ਤੇ ਤੁਸੀਂ ਇੰਜੋਏ ਕਰੋਗੇ थैंक यू थैंक यू so much ਤੋਂ ਨਾਉ ਮਾਈ ਕੁਸ਼ਨ ਇਸ ਫਰਮ ਪ੍ਰੋਡਿਊਸਰਸ ਮੁਨੀਤ ਸਰ ਐਂਡ ਪੁਨੀਤ ਸਰ ਓਵਰ ਟੂ ਯੂ ਸਰ ਇਹਨਾਂ ਨੇ ਥੋੜਾ ਥੋੜਾ ਕਿਨਾਂ ਕਿ ਮੀਟਰ ਜਿਹੜਾ ਉਹ ਚੋਰੀ ਕੀਤਾ ਹਰ ਚੀਜ਼ ਕਿੰਨੀ ਕਿ ਚੋਰੀ ਕੀਤੀ ਥੋਡੇ ਤੋਂ ਸਰ ਨੇ ਨਹੀਂ ਕੋਈ ਖਾਸ ਨਹੀਂ ਜਿੱਦਾਂ ਜਨਵੀਰ ਭਾਜੀ ਮੇਰੇ ਪਹਿਲਾਂ ਤੋਂ ਫਰੈਂਡ ਆ ਕਾਫੀ ਪਹਿਲਾਂ ਦੇ ਅਸੀਂ ਮਿਲਦੇ ਆ ਤੇ ਅਸੀਂ ਅਮਰੀਕਾ ਵੀ ਇਕੱਠੇ ਸੀਗੇ ਤੇ ਭਾਜੀ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਯਾਰ ਇੱਕ ਫਿਲਮ ਕਰਨੀ ਆ ਜੀ ਮੈਂ ਕਿਹਾ ਓਕੇ lettes do it ਕੋਈ ਚੱਕਰ ਨਹੀਂ ਜਿੱਦਾਂ ਵੀ ਕਹੋਗੇ ਉਦਾਂ ਕਰ ਲਾਂਗੇ ਬਿਲਕੁਲ ਸੋ ਐਜ਼ ਅ ਫਰੈਂਡ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੀ ਵੀ ਕੋਈ ਇਦਾਂ ਦਾ ਕੀਤਾ ਤੇ ਜੋ ਉਹਨਾਂ ਨੇ ਕਿਹਾ ਮੈਂ ਉਹੀ ਕਰ ਦਿੰਦਾ ਜੀ ਤਾਂ ਉਹ ਬਟੂ ਮੁਨੀਸ਼ ਹੈ Congratulations sir back to back ਸਾਡੇ ਲਈ ਬਹੁਤ ਵਧੀਆ ਸਿਨੇਮਾ ਲੈ ਕੇ ਆ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਆਡੀਅנס ਨੂੰ ਸਾਰੀ ਮੀਡੀਆ ਨੂੰ ਗੁੱਡ ਇਵਨਿੰਗ ਪਹਿਲੇ ਸਾਰਿਆਂ ਨੂੰ ਸੋ ਪੂਰੀ ਟੀਮ ਚੋਰ ਦਿਲ ਦੀ ਵੱਲੋਂ ਥੈਂਕ ਯੂ ਤੁਹਾਡੇ ਸਾਰਿਆਂ ਦਾ ਆਉਣ ਲਈ ਔਰ ਇਸ ਇਵੈਂਟ ਨੂੰ ਇਨਾ ਕਲਰਫੁਲ ਬਣਾ ਲੈ ਸੋ ਫਿਲਮ 25th ਅਕਤੂਬਰ ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਆਈ ਥਿੰਕ ਕਹਾਣੀ ਬਾਰੇ ਬਾਕੀ ਚੀਜ਼ਾਂ ਬਾਰੇ ਆਲਰੇਡੀ ਟੀਮ ਨੇ ਡਿਸਕਸ ਕਰ ਲਿਆ ਪਰ ਇੱਕ ਚੀਜ਼ ਸਪੈਸ਼ਲ ਜਿਹੜੀ ਮੈਂ ਅੰਡਰਲਾਈਨ ਕਰਨਾ ਚਾਹਾਂਗਾ ਉਹ ਇਹ ਹੈ ਕਿ ਇਹ ਇੱਕ ਨਵਾਂ ਪ੍ਰੋਡਕਸ਼ਨ ਹਾਊਸ ਯੰਗ ਟੈਲੈਂਟਡ ਬੰਦੇ ਦਾ ਪ੍ਰੋਡਕਸ਼ਨ ਹਾਊਸ ਹੈ ਸੋ ਆਪਾਂ ਸਾਰਿਆਂ ਦੀ ਰਿਸਪੌਂਸਿਬਿਲਟੀ ਬੰਦੀ ਏ ਕਿ ਇੱਕ ਮੀਡੀਆ ਵੱਲੋਂ ਔਰ ਫਿਲਮ ਫ੍ਰੈਂਟਰੀ ਵੱਲੋਂ ਵੀ ਇਹਨਾਂ ਦਾ ਆਪਾਂ ਵੈਲਕਮ ਕਰੀਏ ਤਾਂ ਕਿ ਹੋਰ ਵੀ ਨਵੇਂ ਲੋਕ ਆ ਕੇ ਫਿਲਮਾਂ ਬਣਾਉਣ ਤੋਂ ਇੰਡਸਟਰੀ ਪ੍ਰੋਸਪਰ ਹੋਵੇ ਸੋ ਜਗਜੀਤ ਜੀ ਜਿਸਾ ਇਹ ਫਿਲਮ ਦਾ ਜਿਹੜੇ ਮੇਨ ਲੀਡ ਉਹ ਕੈਰੈਕਟਰ ਪਲੇ ਕਰ ਰਹੇ ਨੇ ਸੋ ਆਲਰੇਡੀ ਬਹੁਤ ਸਾਰੀਆਂ ਵਧੀਆ ਔਰ ਬਹੁਤ ਸਾਰੀਆਂ ਬਲੌਕਬਸਟਰ ਫਿਲਮਸ ਦਾ ਹਿੱਸਾ ਨੇ ਸੋ ਆਈ ਹੋਪ ਜਿਸ ਤਰ੍ਹਾਂ ਬਾਕੀ ਫਿਲਮਾਂ ਨੇ ਆ ਕੇ ਆਡੀਅנס ਦੇ ਅੰਦਰ ਇੱਕ ਬਹੁਤ ਵਧੀਆ ਇਹਨਾਂ ਨੂੰ ਲੈ ਕੇ ਇੱਕ ਵੇਵ ਕ੍ਰੀਏਟ ਕੀਤੀ ਸੋ ਇਹ ਫਿਲਮ ਵੀ ਉਸੇ ਹੀ ਤਰ੍ਹਾਂ ਆ ਕੇ ਲੋਕਾਂ ਦੇ ਦਿਲਾਂ 'ਚ ਆਪਣਾ ਘਰ ਬਣਾ ਕੇ ਜਾਏਗੀ ਸੋ ਪਲੀਜ਼ ਸਪੋਰਟ ਕਰਨਾ 25 ਅਕਤੂਬਰ ਨੂੰ ਫਿਲਮ ਵਰਲਡ ਵਾਈ ਲੱਗ ਰਹੀ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਰ ਸੋ ਨਾਓ ਇਟਸ ਓਵਰ ਟੂ ਮੀਡੀਆ ਇਟਸ ਅ ਓਪਨ ਟੂ ਮੀਡੀਆ ਯੈਸ ਸਸਿਕਲ ਸਰ ਇਹਨੂੰ ਜਗਜੀਤ ਤੋਂ ਬਾਅਦ ਪੁੱਛਾਂਗੇ ਜਗਜੀਤ ਇਸ ਵਨ ਆਫ ਗੁੱਡ ਫਰੈਂਡਸ ਐਂਡ ਵੈਰੀ ਰਿਫਾਈਨਡ ਐਕਟਰ ਨਾਓ ਫਿਦਾ ਤੁਹਾਡੇ ਤੋਂ ਸਟਾਰਟ ਕਰਾਂਗੇ ਆਪਾਂ ਗਰਲਸ ਫਰਸਟ ਯੂ ਆਰ ਦ ਓਨਲੀ ਗਰਲ ਆਊਟ ਹੇਅਰ ਤੇ ਗੁਰਚੇਤ ਸਰ ਇੱਕ ਬਹੁਤ ਅੱਛੇ ਕਮੀਡੀਅਨ ਹੈ ਇਹਨਾਂ ਦੀ ਬਹੁਤ ਬਹੁਤ ਫੈਮਿਲੀ ਲਾਈਕ ਸੀਰੀਜ਼ ਆਈਆਂ ہیں ਪਹਿਲੇ ਇੱਧਰ ਇਹਨਾਂ ਨੇ ਆਪਣੇ ਨੂੰ ਇੰਨਾ ਇੰਪਰੋਵਾਈਜ਼ ਕੀਤਾ ਨਾ ਕਿ ਇਹਨਾਂ ਦੇ ਅੱਗੇ ਉਹਨੂੰ ਮੈਨੂੰ ਲੱਗਦਾ ਕੋਈ ਵੀ ਐਕਟਰ ਸ਼ਾਇਦ ਸੋਚੇਗਾ ਮਤਲਬ ਕਿ ਯੂ نو ਹੀ ਇਜ਼ ਸੈਟ ਅਪ ਬੈਂਚਮਾਰਕ ਐਕਟਿੰਗ ਕਰਨੀ ਔਖੀ ਹੋਈ ਸੀ ਯਾ ਮੇਰੇ ਲਈ ਇਹ ਚੈਲੰਜ ਸੀਗਾ ਕਿਉਂਕਿ ਸਾਰੇ ਸੀਨੀਅਰ ਐਕਟਰਸ ਕਰਨਕ ਸੀਗੇ ਸਾਰੇ ਤੇ ਆਈ ਵਾਸ ਵੈਰੀ ਨਰਵਸ ਕਿ ਇੰਨੇ bade ਆਰਟਿਸਟਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਹੜਾ ਕਿ ਇੱਕ ਡ੍ਰੀਮ ਹੁੰਦਾ ਹੈ ਕਿਸੇ ਵੀ ਆਰਟਿਸਟ ਦਾ ਤੇ ਮੈਨੂੰ ਪਹਿਲੀ ਫਿਲਮ 'ਚ ਹੀ ਆ ਚੀਜ਼ ਮਿਲੀ ਸੋ ਆਮ ਲੱਕੀ ਆਮ ਬlesed ਐਂਡ ਸਰ ਨੂੰ ਮੈਂ ਬਚਪਨ ਤੋਂ ਦੇਖਦੀ ਆ ਰਹੀ ਆ ਈਵਨ ਦਮਨ ਨੂੰ ਵੀ ਸਰਦੀ ਸਾਰੀ ਫੈਮਲੀ ਬੈਠ ਕੇ ਸਰਦੀ মুਵੀਜ਼ ਦੇਖਦੇ ਹੁੰਦੇ ਸੀ ਇਟ ਵਾਸ ਗ੍ਰੇਟ ਐਕਸਪੀਰੀਅੰਸ ਸਭ ਦੇ ਨਾਲ ਕੰਮ ਕਰਕੇ ਤਾਂ ਤੁਸੀਂ ਦੇਖੀ ਹੈ ਫੈਮਲੀ ਦੀ ਕੋਈ ਸੀਰੀਜ਼ ਤੁਹਾਡੀ ਫੈਮਲੀ ਹਾਂਜੀ ਹਾਂਜੀ ਦੇਖੀ ਹੋਈ ਹੈ ਕਿਨੇ ਨਹੀਂ ਦੇਖੀਆ ਕਿਨੇ ਨਹੀਂ ਦੇਖਿਆ ਵਾਕਈ ਇਹ ਗੱਲ ਹੈ ਜਗਜੀਤ ਤੁਸੀਂ ਬਹੁਤ ਬਹੁਤ ਅਲੱਗ ਤੋਂ ਵਰਸਟਾਈਲਿਟੀ ਨੂੰ ਹਮ ਛੂਰੇ ਮਤਲਬ ਐਕਚੁਅਲੀ ਤੁਹਾਡੇ ਇਮੋਸ਼ਨਲ ਕੈਰੈਕਟਰ ਵਿਲੇਨियस ਕੈਰੈਕਟਰ ਵੀ ਦੇਖ ਲਿਆ ਸੀ ਤੁਹਾਡਾ ਕਮੇਡੀਅਨ ਵੀ ਦੇਖ ਲਿਆ ਇਸ ਫਿਲਮ ਦੇ ਵਿੱਚ ਆਈ ਥਿੰਕ ਤੁਹਾਡਾ ਕਾਮੇਡੀ ਵੀ ਹੈ ਔਰ ਇੱਕ ਹਲਕਾ ਟੱਚ ਵਿਲੈਂਦਾ ਵੀ ਦਿੱਤਾ ਉਹ ਸਰਪ੍ਰਾਈਜ਼ਿੰਗ ਐਲੀਮੈਂਟ ਜਾ ਕਾਈਂਡ ਆਫ ਹੈਗਾ ਤੁਸੀਂ ਕੀ ਡਿਫਾਈਨ ਕਰੋਗੇ ਇਸ ਫਿਲਮ ਨੂੰ ਐਜ਼ ਐਨ ਐਕਟਰ ਅ ਭਾਜੀ ਜਿਹੜਾ ਕਾਮੇਡੀਅਨ ਹੈ ਨਾ ਇਹ ਇੱਕ ਅਲੱਗ ਤਰ੍ਹਾਂ ਦੀ ਕੈਟਾਗਰੀ ਜਨਰ ਜਦੋਂ ਇੱਕ ਪ੍ਰੋਟਾਗਨਿਸਟ ਬਣ ਜਾਂਦਾ ਨਾ ਕੈਰੈਕਟਰ ਕਿਸੇ ਵੀ ਕੈਰੈਕਟਰ ਲਈ ਮੈਂ ਖੁਦ ਕੈਰੈਕਟਰ ਤੋਂ ਫਿਲਮਾਂ ਸ਼ੁਰੂ ਕੀਤੀਆਂ ਨਾ ਤਾਂ ਉਦੋਂ ਕੋਈ ਪ੍ਰੈਸ਼ਰ ਨਹੀਂ ਹੁੰਦਾ ਤੁਸੀਂ ਚਾਹੇ ਫਿਲਮ ਚ 10 ਮਿੰਟ ਲਈ ਆਏ ਹੋ 15 ਮਿੰਟ ਲਈ ਆਏ ਪਰ ਕਹਾਣੀ ਕੁਝ ਹੋਰ ਹੁੰਦੀ ਹੈ ਪਰ ਜਦੋਂ ਕਹਾਣੀ ਤੁਹਾਡੇ ਤੇ ਹੁੰਦੀ ਹੈ ਨਾ ਉਹ ਜਿਹੜੇ ਸਵਾ ਦੋ ਘੰਟੇ ਦੋ ਘੰਟੇ ਹੋਲਡ ਕਰਨੇ ਹੁੰਦੇ ਆ ਨਾ ਉਹ ਬਹੁਤ ਔਖੀ ਚੀਜ਼ ਹੈ ਸੋ ਮੈਨੂੰ ਲੱਗਦਾ ਕਿ ਜਦੋਂ ਆਪਾਂ ਕੈਰੈਕਟਰ ਬੇਸਡ ਸਿਨੇਮਾ ਬਣਾਉਨੇ ਆ ਨਾ ਮੈਨੂੰ ਉਹਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਆਪਾਂ ਹੀਰੋ ਨਾ ਬਣ ਕੇ ਕਿ ਇੱਕ ਕੈਰੈਕਟਰ ਪਲੇ ਕਰੀਏ ਜਿੱਦੀ ਉਹਦੀ ਲਾਈਫ ਤੇ ਆਪਾਂ ਕਹਾਣੀ ਨੂੰ ਫਿਰ ਆਪਾਂ ਕਹਾਣੀ ਨੂੰ ਉੱਤੇ ਲੈ ਕੇ ਜਾਂਦੇ ਆ ਨਾ ਸੋ ਉਦਾਂ ਹੀ ਇਹੀ ਹੈ ਕਿ ਇੱਕ ਸਟ੍ਰਗਲਰ ਸਟੂਡੈਂਟ ਹੈ ਜਿਹੜਾ ਬਾਹਰ ਕੰਮ ਕਰ ਰਿਹਾ ਉਹਦਾ ਮਸਾ ਖਰਚਾ ਪਾਣੀ ਪੂਰਾ ਹੁੰਦਾ ਉਹ ਤੋਂ ਉਹਨੂੰ ਇਹ ਪ੍ਰੋਬਲਮ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਚਲੋ ਹਜੇ ਆਪਣਾ ਸਿਨੇਮਾ ਹਜੇ ਐਂਟਰਟੇਨਮੈਂਟ ਦੇ ਨੇੜੇ ਤੇੜੇ ਹੀ ਰਹਿੰਦਾ ਸੀਰੀਅਸ ਗੱਲ ਹੈ ਜੇ ਆਪਾਂ ਉਦਾਂ ਕਰ ਨਹੀਂ ਸਕਦੇ ਕਿਉਂਕਿ ਹਜੇ ਸ਼ਾਇਦ ਅਸੀਂ ਉਹਨੇ ਮੈਚੂਰ ਨਹੀਂ ਹੋਏ ਹੌਲੀ ਹੌਲੀ ਉੱਥੇ ਵੀ ਪਹੁੰਚਾਂਗੇ ਪਰ ਐਂਟਰਟੇਨਮੈਂਟ ਦੇ ਰਹਿ ਕੇ ਕੋਈ ਗੱਲ ਖੁਸ਼ੀ ਖੁਸ਼ੀ ਚ ਹੋ ਜੇ ਤਾਂ ਵਧੀਆ ਨਹੀਂ ਸਿਰਫ ਇੱਕ ਟਿਪ ਲੈਣੀ ਹੈ ਤੁਹਾਡੇ ਤੋਂ ਬਿਕਾਜ਼ ਬਹੁਤ ਸਾਰੇ ਇੱਥੇ ਵੱਡੀਆਂ ਆਰਟਿਸਟ ਵੀ ਹੈਗੇ ਤੁਹਾਡੇ ਰਿਪੋਰਟਰਸ ਦੇ ਵਿੱਚ ਵੀ ਤਾਂ ਉਹ ਚਾਹਣਗੇ ਤੁਸੀਂ ਬਤਾਓ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਦੇਖਦੇ ਹੋ ਤੁਸੀਂ ਸ਼ੀਸ਼ੇ 'ਚ ਇੱਕ ਪਾਰਟिकुलर ਰੋਲ ਲੈ ਸ਼ੀਸ਼ੇ ਜ਼ ਇੰਪਰੋਵਾਈਜ਼ ਕਰਕੇ ਦੇਖਦੇ ਹੋ ਆਪਣੇ ਆਪ ਨੂੰ ਕਿ ਵੀਰ ਮੈਂ ਇਦਾਂ ਲੱਗੂਗਾ ਵਿਲੈਂਡ ਦੇ ਰੋਲ 'ਚ। ਭਾਜੀ ਮੈਂ ਅਜੇ ਵੀ ਸਿੱਖ ਰਿਹਾ ਮੈਂ ਨਹੀਂ ਕਹਿੰਦਾ ਕਿ ساری ਉਮਰ ਸਿੱਖਣਾ ਹੀ ਆਪਾਂ ਨਾ ਪਰ ਮੈਨੂੰ ਲੱਗਦਾ ਕਿ ਕੱਲਾ ਐਕਟਿੰਗ ਤੇ ਧਿਆਨ ਦੇਣ ਨਾਲੋਂ ਜਿਹੜੇ ਫਰੈਸ਼ਰਸ ਨੇ ਉਹਨਾਂ ਨੂੰ ਟੈਕਨੀਕਲ ਚੀਜ਼ਾਂ ਬਹੁਤ ਸਿੱਖਣੀਆਂ ਪੈਣੀਆਂ ਨੇ ਉਹ ਵੀ ਬਹੁਤ ਨੀਡ ਐ। ਕੱਲਾ ਤੁਸੀਂ ਮੈਨੂੰ ਲੱਗਦਾ ਕਿ ਤੁਹਾਨੂੰ ਕਹਾਣੀ ਸੁੰਨੀ ਵੀ ਆਉਣੀ ਚਾਹੀਦੀ ਐ। ਚੰਗਾ ਐਕਟਰ ਮਾੜੀ ਫਿਲਮ ਕਰ ਲਵੇ ਫੇਰ ਵੀ ਨਹੀਂ ਵਰਕ ਕਰਦੀ ਐ ਨਾ। ਸੋ ਮੈਨੂੰ ਲੱਗਦਾ ਕੱਲੀ ਐਕਟਿੰਗ ਤੇ ਨਹੀਂ ਤੁਹਾਨੂੰ ਸਕ੍ਰਿਪਟ ਪੜ੍ਹਣੀ ਸਕ੍ਰਿਪਟ ਚੁਣਨੀ ਕੈਮਰਾ ਐਂਗਲਸ ਕੈਮਰਾ ਲਾਈਟ एवरीथिंग ਤੁਹਾਨੂੰ ਇਹ ਸਿੱਖਣਾ ਪੈਣਾ ਹੈ ਨਾ ਸੋ ਕੱਲੀ ਐਕਟਿੰਗ ਨਾਲ ਕੁਝ ਨਹੀਂ ਬਣਨਾ ਸੋ ਬਹੁਤ ਸਾਰੇ ਐਕਟਰ ਨੇ ਜਿਹੜੇ ਕੱਲਾ ਐਕਟਿੰਗ ਤੇ ਫੋਕਸ ਕਰ ਦਿੰਦੇ ਆ ਬਟ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਾਣਾ ਕਿੱਥੇ ਹੈ ਹਨਾ ਉਹੀ ਜਦੋਂ ਕੋਈ ਉਹੀ ਐਕਟਰ ਦੀ ਫਿਲਮ ਜਦੋਂ ਕਿਸੇ ਵੱਡੇ ਪ੍ਰੋਡਕਸ਼ਨ ਹਾਊਸ ਚ ਆਉਂਦੀ ਹੈ ਜਾਂ ਵੱਡੇ ਡਾਇਰੈਕਟਰ ਨਾਲ ਆਉਂਦੀ ਹੈ ਫਿਰ ਉਹੀ ਐਕਟਰ ਸਾਨੂੰ ਵਧੀਆ ਲੱਗਣ ਲੱਗ ਜਾਂਦਾ ਸੋ ਮੈਨੂੰ ਲੱਗਦਾ ਕਿ ਕੱਲੀ ਐਕਟਿੰਗ ਤਾਂ ਹੈ ਹੀ ਇਹਦੀ ਕੋਈ ਡਾਇਰੈਕਟੀ ਦੀ ਕੋਈ ਡੈਡਲਾਈਨ ਹੀ ਹੈ ਨਹੀਂ ਅੱਜ ਵੀ ਜਦੋਂ ਇੱਕ ਫਿਲਮ ਖਤਮ ਹੁੰਦੀ ਹੈ ਨਾ ਤਾਂ ਟੈਨਸ਼ਨ ਪੈ ਜਾਂਦੀ ਹੈ ਅਗਲੇ ਦੀ ਯਾਰ ਕੀ ਕੈਰੈਕਟਰ ਪਲੇ ਕਰੀਏ ਹੈ ਨਾ ਸੋ ਟੈਨਸ਼ਨ ਮੈਂਟੇਨ ਰਹਿਣ ਦੀ ਜ਼ਿਆਦਾ ਕਾਲੀ ਨਾ ਕਰੋ ਜੇ ਕੋਈ ਆਉਣਾ ਚਾਹੁੰਦਾ ਫਿਲਮਾਂ 'ਚ ਮੋਸਟ ਵੈਲਕਮ ਮਸ਼ਹੂਰ ਬਹੁਤ ਛੇਤੀ ਹੋ ਜਾਓਗੇ ਤੁਸੀਂ ਮਸ਼ਹੂਰ ਹੋਣਾ ਬਹੁਤ ਸੌਖਾ ਹੈ ਪਰ ਲੌਂਗ ਲੈ ਕੇ ਜਾਣਾ ਆਪਣੇ ਕੈਰੀਅਰ ਨੂੰ ਉਹ ਬਹੁਤ ਔਖਾ ਹੈ ਤਾਂ ਲੰਬੀ ਤਿਆਰੀ ਕਰਕੇ ਆਓ ਮੈਂ ਤਾਂ ਨਵਿਆਂ ਨੂੰ ਇਹੀ ਕਹਿੰਦਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਸਿੰਘ ਔਲਖ ਹੈ ਜਗਜੀਤ ਵੀਰੇ ਤੁਹਾਨੂੰ ਸਵਾਲ ਤੁਹਾਡੀ ਪਹਿਲਾ ਫਿਲਮ ਆਈ ਓਏ ਭੋਲੇ ਓਏ ਉਹਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜਾ ਪਖੰਡ ਚੱਲ ਰਿਹਾ ਪੰਜਾਬ ਚ ਤੁਸੀਂ ਉਸ ਦੀ ਗੱਲ ਕੀਤੀ ਹੁਣ ਵੀ ਅਸੀਂ ਚੋਰ ਦਿਲ ਦੇ ਟ੍ਰੇਲਰ ਚ ਦੇਖਿਆ ਗੁਰਚੇਤ ਭਾਜੀ ਹੋਰੀ ਕਿ ਗੂਗਲ ਪੇ ਕਰੋ ਉਹ ਬਾਬੇ ਉਹ ਪੰਡਤ ਤੁਹਾਨੂੰ ਤੁਹਾਨੂੰ ਜ਼ਿਆਦਾ ਦੇਖਦੇ ਆ ਇਹ ਚੀਜ਼ਾਂ ਕਿਉਂਕਿ ਬਹੁਤ ਬਹੁਤੇ ਕਲਾਕਾਰ ਉਹਨਾਂ ਨੂੰ ਹੁੰਦਾ ਨਹੀਂ ਸਾਰਿਆਂ ਦੀ ਗੱਲ ਕਰੋ ਜੇ ਕੋਈ ਚੱਲ ਵੀ ਰਿਹਾ ਉਹਦੇ ਬਾਰੇ ਬੋਲੋਣਾ ਤੁਹਾਨੂੰ ਕੀ ਲੱਗਦਾ ਕਿ ਨਹੀਂ ਯਾਰ ਮੈਂ ਜੇ ਮੈਂ ਅੱਜ ਮੇਰੇ ਕੋਲ ਕੋਈ ਪਲੈਟਫਾਰਮ ਹੈ ਤਾਂ ਮੈਂ ਕਰੂੰਗਾ ਗੱਲ ਕਿਉਂਕਿ ਬਹੁਤ ਸਾਰੇ ਆਰਟਿਸਟੋ ਕਹਿੰਦੇ ਨਹੀਂ ਨਹੀਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਜੋ ਚੱਲਦਾ ਚੱਲਣ ਦੋ ਸਭ ਠੀਕ ਹੈ ਤੁਹਾਨੂੰ ਕਿਉਂ ਦਿਖਦਾ ਲੱਗ ਪਾਜੀ ਵੈਸੇ ਤਾਂ ਹਰੇਕ ਦਾ ਆਪੋ ਆਪਣਾ ਸੁਭਾਅ ਹੈ ਨਾ ਕਿਵੇਂ ਉਹਨਾਂ ਨੇ ਰਹਿਣਾ ਆਪਾਂ ਕਿਸੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਪਰ ਮੇਰਾ ਮੰਨਣਾ ਜੇ ਰੱਬ ਨੇ ਤੁਹਾਨੂੰ ਕੋਈ ਆਰਟ ਦਿੱਤੀ ਹੈ ਤਾਂ ਉਹਦੇ ਨਾਲ ਜੇ ਤੁਸੀਂ ਸੱਚਾਈ ਸਾਹਮਣੇ ਲਿਆ ਸਕਦੇ ਹੋ ਤਾਂ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੋ ਸਕਦੀ ਤੇ ਮੇਨੂੰ ਲੱਗਦਾ ਆਰਟ ਦਾ ਕੰਮ ਵੀ ਇਹੀ ਹੈ ਵਰਲਡ ਦੇ ਵਿੱਚ ਕਦੇ ਵੀ ਦੇਖ ਲਓ ਹੁਣ ਕਲੇਸ਼ ਹੀ ਪੈ ਰਹੇ ਹਨ ਦੁਨੀਆ ਇੱਕ ਦੂਜੇ ਨਾਲ ਲੜ ਰਹੀ ਹੈ ਤੇ ਜਿਹੜੀ ਆਰਟ ਹੀ ਹੈ ਜਿਹੜੀ ਪੀਸ ਪੈਦਾ ਕਰ ਸਕਦੀ ਹੈ ਸੋ ਮੈਨੂੰ ਲੱਗਦਾ ਕਿ ਇਹ ਹੁਣ ਤੋਂ ਨਹੀਂ ਹੋ ਰਿਹਾ ਇਹ ਸਦੀਆਂ ਪਹਿਲਾਂ ਤੋਂ ਹੋ ਰਿਹਾ ਨਾ ਪਹਿਲਾਂ ਭੰਡ ਹੁੰਦੇ ਸੀਗੇ ਉਹ ਸਿੱਧੀ ਗੱਲ ਮੂੰਹ ਤੇ ਕਹਿ ਦਿੰਦੇ ਹੁੰਦੇ ਸੀਗੇ ਅਸੀਂ ਕਹਾਣੀਆਂ ਸੁਣੀਆਂ ਸਾਡੇ ਦਾਦਿਆਂ ਤੋਂ ਹਨ ਸੋ ਉਹੀ ਗੱਲ ਹੈ ਸੱਚ ਬੋਲਣਾ ਕਿਸੇ ਨੂੰ ਤਾਂ ਬੋਲਣਾ ਪੈਣਾ ਹੈ ਨਾ ਸੋ ਹਰੇਕ ਦੀ ਆਪੋ ਆਪਣੀ ਜੌਬ ਹੈ ਤੇ ਆਪੋ ਆਪਣਾ ਤਰੀਕਾ ਕਹਿਣ ਦਾ ਮੇਰਾ ਇਹ ਤਰੀਕਾ ਹੈ ਕਿ ਆਪਾਂ ਜੇ ਮੈਂ ਚਾਹੁੰਨਾ ਕਿ ਮੇਰੀ ਹਰ ਫਿਲਮ ਦੇ ਵਿੱਚ ਕੁਝ ਨਾ ਕੁਝ ਮੈਸੇਜ ਹੋਵੇ ਪਰ ਉਹ ਡਾਇਰੈਕਟ ਵੇਲੇ ਕਈ ਵਾਰੀ ਲੋਕਾਂ ਨੂੰ ਉਪਰਾ ਲੱਗ ਜਾਂਦਾ ਗੁੱਸਾ ਲੱਗ ਜਾਂਦਾ ਸ਼ਾਇਦ ਉਹ ਟੇਡੇ ਤਰੀਕੇ ਨਾਲ ਗੱਲ ਕਹਿ ਦਈਏ ਜੇ ਕਿਸੇ ਦੇ ਪੱਲੇ ਪੈ ਜੇ ਤਾਂ ਗੁੱਡ ਗੱਲ ਹੈ ਨਹੀਂ ਤਾਂ ਫਿਰ ਲਾਈਫ ਜਿਵੇਂ ਚੱਲਦੀ ਹੈ ਓਵੇਂ ਚੱਲਣੀ ਚਾਹੀਦੀ ਹੈ ਜਗਜੀਤ ਬਾਈ ਸੱਸੀ ਗੱਲ ਜੀ ਠੀਕ ਠਾਕ ਹਾਂ ਵੀਰੇ ਹਾਲ ਜੀ ਹਾਂ ਜੀ ਵਧੀਆ ਬਹੁਤ ਸੋਹਣੇ ਲੱਗਦੇ ਹੋ ਨਵੀਂ ਲੁੱਕ ਚ ਥੈਂਕ ਯੂ ਬਾਈ ਦੋ ਚਾਰ ਜਣਿਆਂ ਨੇ ਕਿਹਾ ਪਰ ਮੈਨੂੰ ਸ਼ਰਮ ਆਉਂਦੀ ਯਾਰ ਦਾੜੀ ਤੋਂ ਬਿਨਾਂ ਅਸੀਂ ਨਾ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਕਿ ਜਗਜੀਤ ਬਾਈ ਉਹਨੇ ਨਾ ਆਪਣਾ ਰਾਹ ਆਪ ਤਿਆਰ ਕੀਤਾ ਹਨ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਕੋਲ ਇਹ ਕਹਾਣੀ ਆਈ ਤੁਸੀਂ ਕਹਿੰਦੇ ਯਾਰ ਵਿਆਹ ਦੀ ਗੱਲ ਨਾ ਹੋਵੇ ਹਨ ਇਹ ਚੀਜ਼ ਸੋਚਦਾ ਯਾਰ ਮੈਂ ਤਾਂ ਬਹੁਤ ਔਖਾ ਆਪਣਾ ਨਵਾਂ ਰਾਹ ਤਿਆਰ ਕੀਤਾ ਮੈਂ ਉਸੇ ਰਾਹ ਤੇ ਨਾ ਦੌੜਾਂ ਹਨ ਬਹੁਤ ਸਾਰੀਆਂ ਫਿਲਮਾਂ ਨੂੰ ਤੁਸੀਂ ਏਦਾਂ ਮਨਾ ਕੀਤਾ ਵੀ ਨਹੀਂ ਯਾਰ ਵੀ ਮੈਂ ਇਹ ਚੀਜ਼ ਨਹੀਂ ਕਰ ਸਕਦਾ ਭਾਜੀ ਬਹੁਤ ਸਾਰੀਆਂ ਇੱਕ ਅੱਧੀ ਕੱਲ ਵੀ ਮਨਾ ਹੋ ਕੇ ਟੀ ਹੈ ਸੋ ਮੇਰਾ ਇਹ ਨਹੀਂ ਹੁੰਦਾ ਭਾਜੀ ਕਿ ਮੈਨੂੰ ਲੱਗਦਾ ਹਰ ਬੰਦਾ ਕੰਮ ਕਰ ਰਿਹਾ ਹਨ ਜਿਹਨੂੰ ਜੋ ਸਹੀ ਲੱਗਦਾ ਉਹ ਕਰੇ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਹਮੇਸ਼ਾ ਕਦੇ ਵੀ ਤੁਸੀਂ ਇੱਕ ਲਾਈਨ ਨੂੰ ਮਿਟਾ ਨਹੀਂ ਸਕਦੇ ਪਰ ਉਹਦੇ ਜੇ ਬਰਾਬਰ ਇੱਕ ਖਿੱਚ ਦੋਗੇ ਸ਼ਾਇਦ ਉਹਦੇ ਨਾਲ ਇੱਕ ਕੰਪੀਟੀਸ਼ਨ ਪੈਦਾ ਹੋਊਗਾ ਮੇਰੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਹੀ ਕਿ ਮੈਂ ਯੰਗਸਟਰ ਨਾਲ ਕੰਮ ਕਰਾਂ ਅੱਜ ਵੀ ਮੈਂ ਪੁਰਾਣਿਆਂ ਨੂੰ ਘੱਟ ਨਵੇਂਆਂ ਨੂੰ ਜ਼ਿਆਦਾ ਸੁਣ ਲੈਣਾ ਤਾਂ ਮੈਨੂੰ ਲੱਗਦਾ ਹੈ ਕੋਈ ਨਵਾਂ ਆਈਡੀਆ ਲੈ ਕੇ ਆਊਗਾ ਕਿਉਂਕਿ ਜਦੋਂ ਦੀ AI ਸਟਰੋਂਗ ਹੋਈ ਹੈ ਫਿਲਮ ਮੇਕਿੰਗ 'ਚ ਵੀ AI ਆਉਣ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਤੇ ਅੱਗੇ ਵੀ ਬਦਲਦੀਆਂ ਰਹਿਣਗੀਆਂ ਕਨਸੈਪਟ ਨਵੇਂ ਆਉਣਗੇ ਇੱਕ ਨਵਾਂ ਥੌਟ ਪ੍ਰੋਸੈਸ ਆਊਗਾ ਬਹੁਤ ਸਾਰੇ ਮੁੰਡੇ ਨੇ ਹੁਣ ਜਿਹੜੇ ਡਾਇਰੈਕਟਰ ਨੇ ਮੈਂ ਮਿਲਦਾ ਜੋ ਐਫਟੀਆਈ ਤੋਂ ਪੜ੍ਹ ਕੇ ਆਏ ਨੇ ਹੁਣ ਸੋ ਮੈਨੂੰ ਖੁਸ਼ੀ ਹੁੰਦੀ ਹੈ ਕਿ ਉਹ ਟੈਕਨੀਕਲ ਵੀ ਸਟਰੋਂਗ ਹੋਏ ਆ ਪਹਿਲਾਂ ਫਿਲਮਾਂ ਸਿਰਫ ਏਦਾਂ ਹੀ ਹੁੰਦੀਆਂ ਸੀ ਕਿ ਕੈਮਰਾ ਰੱਖ ਕੇ ਇਹਨਾਂ ਸਾਹਮਣੇ ਤੁਸੀਂ ਬਣਾ ਦਿੰਨੇ ਹੋ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਹਨ ਨਾ ਬਾਈ ਤਾਂ ਟੈਕਨੀਕਲੀ ਅਸੀਂ ਇੰਨੇ ਸਟਰੋਂਗ ਹੋ ਗਏ ਆ ਅੱਗੇ ਸਿਨੇਮਾ ਵੀ ਹੌਲੀ-ਹੌਲੀ ਸਟਰੋਂਗ ਹੋਣਾ ਤਾਂ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਨਵੀਂ ਚੀਜ਼ ਨਾਲ ਪੰਗਾ ਲੈ ਲਈਏ ਹਮੇਸ਼ਾ ਹੀ ਕਿ ਉਹਦੇ ਨਾਲ ਤੁਸੀਂ ਹਮੇਸ਼ਾ ਸਾਡੇ ਮਤ ਸੁਣਦਾ ਰਹਿਣਾ ਹਰੇਕ ਦੀ ਇੰਟਰਵ ਸੌਤ ਤੱਕ ਜਾਣਾ ਸੌਤ ਲੋਡ ਨਹੀਂ ਹੈ ਸੌਤ ਤੱਕ ਜਾਂਦੀ ਸਾਡੀਆਂ ਫਿਲਮਾਂ ਉੱਥੇ ਤੱਕ ਨਹੀਂ ਪਹੁੰਚ ਸਕਦੀਆਂ ਕਿੱਥੇ 500 ਕਰੋੜ ਯਾਰ ਕਿੱਥੇ 5 ਕਰੋੜ ਹਨ ਸੋ ਅਸੀਂ ਉਹਨੂੰ ਆਪਣੇ ਕਲਚਰ ਨਾਲ ਹਰਾ ਸਕਦੇ ਹਾਂ ਆਪਣੀ ਟੈਕਨੀਕ ਨਾਲ ਹਰਾ ਸਕਦੇ ਹਾਂ ਅਸੀਂ ਉਹ ਓਏ ਭੋਲੇ ਉਹ ਫਿਲਮ ਬਣਾਈ ਉਹ ਕੋਈ ਬਾਲੀ ਮਹਿੰਗੀ ਫਿਲਮ ਨਹੀਂ ਸੀ ਕੋਈ ਸਾਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਐਵੇਂ ਬਣਾਤੀ ਬਟ ਸਾਨੂੰ ਲੱਗਿਆ ਕਿ ਸਾਡੇ ਕੋਲ ਜਿਹੜਾ ਸਬਜੈਕਟ ਸੀ ਉਹ ਸਟਰੋਂਗ ਸੀਗਾ ਅੱਜ ਵੀ ਲੋਕ ਉਸ ਫਿਲਮ ਦੀ ਗੱਲ ਕਰਦੇ ਆ ਸੋ ਖੁਸ਼ੀ ਹੁੰਦੀ ਹੈ ਐਦਾਂ ਹੀ ਜੇ ਅਸੀਂ ਸਰਚ ਕਰਕੇ ਔਖਾ ਕੀ ਹੁੰਦਾ ਮੈਂ ਰਾਈਟਰਸ ਨੂੰ ਦੇਖਦਾ ਹੁਣ ਕੀ ਹੁੰਦਾ ਕਿ ਜਦੋਂ ਕਿਸੇ ਦੀ ਵੀ ਇੱਕ ਫਿਲਮ ਹਿੱਟ ਹੋ ਜਾਂਦੀ ਹੈ ਤਾਂ ਮੈਨੂੰ ਲੱਗਦਾ ਉਹ ਮਿਹਨਤ ਕਰਨੀ ਬੰਦ ਕਰ ਦਿੰਦਾ ਸੋ ਮੈਨੂੰ ਲੱਗਦਾ ਚਾਹੇ ਰਾਈਟਰ ਹੈ ਚਾਹੇ ਡਾਇਰੈਕਟਰ ਹੈ ਚਾਹੇ ਐਕਟਰ ਹੈ ਜਿੱਦਣ ਉਹਦੀ ਕੋਈ ਫਿਲਮ ਹਿੱਟ ਹੋ ਜਾਵੇ ਉਹਨੂੰ ਤਾਂ ਮੈਨੂੰ ਲੱਗਦਾ 6 ਮਹੀਨੇ ਛੁੱਟੀ ਲੈ ਕੇ ਕਿਤੇ ਜਾਣਾ ਚਾਹੀਦਾ ਤਾਂ ਜੋ ਅਗਲੀ ਜ਼ਿੰਮੇਵਾਰੀ ਚ ਹੋਰ ਵੱਡੀ ਤੇ ਹੋਰ ਵਧੀਆ ਫਿਲਮ ਲਿਖ ਕੇ ਲਿਆਵੇ ਇਸੇ ਕਰਕੇ ਤੁਸੀਂ ਬਹੁਤ ਜ਼ਿਆਦਾ ਟਰੈਵਲ ਕਰਦੇ ਹੋ ਹਾਂ ਮੈਨੂੰ ਟਰੈਵਲ ਦਾ ਸ਼ੌਂਕ ਹੈ ਕੋਈ ਵੀ ਫਿਲਮ ਹੋਵੇ ਜਦੋਂ ਖਤਮ ਹੋ ਜਾਂਦੀ ਹੈ ਜਦੋਂ ਆ ਫਿਲਮ ਦਾ ਆਪਣਾ ਸਾਰਾ ਖਤਮ ਹੋ ਗਿਆ ਮੈਂ ਲੱਭਣਾ ਨਹੀਂ ਕਿਸੇ ਨੂੰ ਦੱਸ ਦੇਣ ਫਿਰ ਤੁਹਾਨੂੰ ਸਵਾਲ ਹੈ ਮੇਰਾ ਮੈਂ ਇੱਕ ਵਾਰੀ ਸੁਣ ਰਿਆ ਸੀਗਾ ਨਾ ਕਿ ਤੁਸੀਂ ਕਹਿੰਦੇ ਸੀ ਕਿ ਤੁਹਾਡੀ ਫੈਮਿਲੀ ਚ ਨਹੀਂ ਸੀ ਕਿਸੇ ਨੂੰ ਪਸੰਦਨਾ ਕਿ ਤੁਸੀਂ ਫਿਲਮਾਂ ਕਰੋ ਤੇ ਜਦੋਂ ਤੁਹਾਡੇ ਫਾਦਰ ਸਾਹਿਬ ਨੇ ਟ੍ਰੇਲਰ ਵੇਖਿਆ ਦਿਲਚੋੜ ਦਾ ਤਾਂ ਜਾਂ ਕਿਸੇ ਵੀ ਫੈਮਿਲੀ ਨੇ ਵੇਖਿਆ ਤਾਂ ਉਹਨਾਂ ਵੱਲੋਂ ਕੀ ਤੁਹਾਨੂੰ ਕੰਪਲੀਮੈਂਟ ਮਿਲੇ ਐਕਚੁਅਲੀ ਆ ਬਹੁਤ ਲੰਬੀ ਸਟੋਰੀ ਆ ਬਹੁਤ ਲੰਬੀ ਝਰਨੀ ਆ ਮੇਰੀ ਸਟਾਰਟਿੰਗ ਤੋਂ ਜਾਣਦੇ ਸੀ ਕਿ ਮੈਂ ਇੰਜੀਨੀਅਰ ਬਣਾ ਸੋ ਮੈਂ ਇੰਜੀਨੀਅਰ ਬਣ ਗਈ पर दिल से बचपन तो कि एक्टर ही बनना है मैं सिक्स सैवंथ क्लास तो एक्टिंग कर दी। सी क्लास रूम च कुंडी ला के कि मेरे फ्रेंड्स देखो मैं कि एक्टिंग करती हूँ सो so, बहुत लंबा सफ़र है मैं एस एस सी दी कोचिंग ली आफ्टर ग्रैजुएशन तो मैं आ सोचती सी कि मैं सही आंसर नहीं करने क्योंकि मेरी सिलेक्शन ना हो जाए सो so, उस फिर मैं सीरीयल भीता एक ਉਹ ਸੀਰੀਅਲ ਮੇਰੀ ਘਰ ਦੇ ਸਾਰੇ ਦੇਖਦੇ ਸੀ ਮੇਰੀ ਨਾਨੀ ਦਾਦੀ ਸਾਰੇ ਦੇਖਦੇ ਸੀ ਉਹ ਤੋਂ ਬਹੁਤ ਐਪਰੀਸ਼ੀਏਸ਼ਨ ਮਿਲੀ ਤੇ ਫੈਮਿਲੀ ਨੂੰ ਪ੍ਰਾਊਡ ਫੀਲ ਹੋਇਆ ਹੌਲੀ ਹੌਲੀ ਫਿਰ ਫੁੱਲ ਮੂਨ ਕਿੱਤੀ ਸੀ ਉਹ ਦੇਖ ਕੇ ਵੀ ਉਹਨਾਂ ਨੂੰ ਖੁਸ਼ੀ ਹੋਈ ਹੁਣ ਜਦੋਂ ਟ੍ਰੇਲਰ ਦੇਖਿਆ ਤੇ ਡੈਡ ਕਹਿੰਦੇ ਕਿ ਤੂੰ ਅੱਖਾਂ ਕਿਵੇਂ ਕੀਤੀ ਉਹਦਾ ਸੋ ਮੈਂ ਕਰਕੇ ਦਿਖਾਈਆ ਸੋ ਉਹਨਾਂ ਨੂੰ ਸੱਚੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਤੇ ਸਭ ਤੋਂ ਪਹਿਲਾ ਸਟੇਟਸ ਮੇਰੀ ਫੈਮਿਲੀ ਲਾਂਦੀ ਹੈ ਕਿ ਆਰ ਡਾਟਰਸ ਨੈਕਸਟ ਪ੍ਰੋਜੈਕਟ ਸੋ ਆਮ ਹੈਪੀ ਤੇ ਮੈਂ ਉਹਨਾਂ ਨਾਲ ਜਾ ਕੇ ਮੂਵੀ ਦੇਖੂਗੀ ਉਹਨਾਂ ਦੇ ਨਾਲ ਬੈਠ ਕੇ ਕਿ ਉਹਨਾਂ ਨੂੰ ਕਿਦਾਂ ਦਾ ਫੀਲ ਹੋਊਗਾ ਕਿਉਂਕਿ ਹੁਣ ਉਹ ਮੇਰੀ ਖੁਸ਼ੀ 'ਚ ਖੁਸ਼ ਨੇ ਜੀ ਜਗਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਨੇ ਠੀਕ ਹੋ ਜੀ ਵਧੀਆ ਜੀ ਵਧੀਆ ਭਾਈ ਕੋ ਰਾਈਟ ਤੋਂ ਅਸੀਂ ਅਕਸਰ ਗੱਲਾਂ ਕਰਦੇ ਹਾਂ ਕਿ ਕ੍ਰੀਏਟਿਵ ਤੇ ਸ਼ਾਨਦਾਰ ਕੰਮ ਕਰਦੇ ਆ ਜਗਜੀਤ ਭਾਈ ਹੈਨਾ ਔਰ ਅਸੀਂ ਆਏ ਬੋਲੇ ਵੀ ਵੇਖੀ ਸੀ ਕਿ ਤੇ ਹੁਣ ਇਸ ਫਿਲਮ ਦਾ ਟ੍ਰੇਲਰ ਵੀ ਵੇਖਿਆ ਸੀ ਕਿ ਬਹੁਤ ਇੰਟਰਸਟਿੰਗ ਬਣਾਤਾ ਤੁਸੀਂ ਉਹ ਜਿਹੜਾ ਵੋਇਸ ਓਵਰ ਚੱਲਦਾ ਆ ਪਿੱਛੇ ਜੀ ਕਰਦਾ ਆ ਵੀ ਪੂਰਾ ਦੇਖ ਲਈ ਹੈ ਨਾ ਤਾਂ ਇਹ ਵੀ ਤੁਸੀਂ ਡਿਸਾਈਡ ਕੀਤਾ ਸੀਗਾ ਇਹ ਟੀਮ ਵਰਕ ਹੈ ਇਹ ਨਹੀਂ ਭਾਈ ਇਹ ਟੀਮ ਵਰਕ ਹੈ ਡਾਇਰੈਕਟਰ ਦੀ ਫਿਲਮ ਹੁੰਦੀ ਆ ਬੇਸਿਕਲੀ ਕਿ ਐਕਟਰ ਸਿਰਫ ਮੇਰੇ ਤੋਂ ਚਲੋ ਇਹੀ ਕੋਸ਼ਿਸ਼ ਹੁੰਦੀ ਆ ਕਿ ਸਾਰੀ ਫਿਲਮ ਗੁੱਡ ਬਣੇ ਹੈ ਨਾ ਪਰ ਬੇਸਿਕ ਕਨਸੈਪਟ ਹੈ ਸਾਰਾ ਨਾ ਰਾਈਟਰ ਤੇ ਡਾਇਰੈਕਟਰ ਦਾ ਹੀ ਹੁੰਦਾ ਉਹ ਸਾਰੀ ਤਰਜੀਹ ਬਹਿ ਕੇ ਵਾਰ-ਵਾਰ ਦੇਖਣਾ ਹੈ ਨਾ ਫਿਲਮ ਨੂੰ ਪਤਾ ਨਹੀਂ ਕਿੰਨੀ ਵਾਰ 100 ਵਾਰ ਤਾਂ ਦੇਖ ਲਈ ਨਹੀਂ ਵੱਧ ਵਾਰੀ ਦੇਖ ਲਈ ਸੋ ਮੈਨੂੰ ਲੱਗਦਾ ਉਹ ਸਾਰਾ ਕ੍ਰੈਡਿਟ ਡਾਇਰੈਕਟਰ ਨੂੰ ਹੀ ਜਾਣਾ ਚਾਹੀਦਾ ਉਹਦਾ ਇੱਕ ਵਿਜ਼ਨ ਹੁੰਦਾ ਕੀ ਉਹ ਕਿਵੇਂ ਦਿਖਾਉਣਾ ਚਾਹੁੰਦਾ ਹੈ ਨਾ ਸੋ ਹਰੇਕ ਦੇ ਆਪੋ ਆਪਣੇ ਸੁਪਨੇ ਹੁੰਦੇ ਨੇ ਬਾਈ ਹੁਰਾ ਨੇ ਬਹੁਤ ਸੋਹਣਾ ਕੰਮ ਕੀਤਾ ਰਾਈਟ ਮਨੀਸ਼ ਪਾਜੀ ਸੋ ਬਹੁਤ ਚੰਗੀ ਗੱਲ ਹੈ ਕਿ ਸਾਰੀ ਇੰਡਸਟਰੀ ਹੁਣ ਲੱਗੀ ਹੋਈ ਆ ਇਸ ਚੀਜ਼ ਤੇ ਕਿ ਇੰਡਸਟਰੀ ਵੱਡੀ ਹੋਵੇ ਔਰ ਸੋਹਣੀ-ਸੋਹਣੀਆਂ ਫਿਲਮਾਂ ਆ ਵੀ ਰਹੀਆਂ ਨੇ ਤੇ ਅੱਗੇ ਅਨਾਉਂਸ ਵੀ ਬਹੁਤ ਸਾਰੀਆਂ ਹੋਈਆਂ ਹੋਈਆਂ ਨੇ ਹਨਾ ਤਾਂ ਮੈਂ ਜਾਣਨਾ ਚਾਹੁੰਦਾ ਕਿ ਤੁਹਾਡੇ ਪਿਟਾਰੇ ਦੇ ਵਿੱਚ ਕਿਹੜੀਆਂ-ਕਿਹੜੀਆਂ ਫਿਲਮਾਂ ਨੇ ਅੱਗੇ 2025 ਦੇ ਵਿੱਚ ਕਿ ਸਿਨੇਮਾ ਜਿੱਤੇ ਨਾਲ ਵੱਡਾ ਹੋਊਗਾ ਸਾਡੀ ਵੱਖਰੀ ਪਛਾਣ ਬਣੂਗੀ ਤੇ ਨਾਲ ਨਾਲ ਆਪਾਂ ਚੋਰ ਦਿਲ ਦੀ ਵੀ ਗੱਲ ਕੀਤੀ ਆ ਇਹ ਵੀ ਕੋਈ ਡਿਫਰੈਂਟ ਪ੍ਰੋਜੈਕਟ ਆ ਤਾਂ ਇਦਾਂ ਹੀ ਡਿਫਰੈਂਟ ਪ੍ਰੋਜੈਕਟ ਤੇ ਆਪਾਂ ਨੂੰ ਥੋੜੀ ਝਾਤੀ ਮਾਰਨੀ ਪਊਗੀ ਤਾਂ ਕਿਤੇ ਜਾ ਕੇ ਗੱਲ ਬਣੂਗੀ ਹਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆ ਰਿਹਾ ਮੈਂ ਜਾਣਨਾ ਚਾਹੁੰਦਾ ਹਾਂ ਜੀ ਅ ਯਾਰ ਜੋ ਆ ਰਿਹਾ ਆਪਾਂ ਨੂੰ ਨੈਕਸਟ ਕਦੇ ਡਿਸਕਸ ਕਰਾਂਗੇ ਆਪਾਂ ਅੱਜ ਚੋਰ ਦਿਲ ਦੀ ਹੀ ਗੱਲ ਕਰਦੇ ਆ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਨਾ ਕਨਸੈਪਟ ਦੀ ਕਿ ਭਾਜੀ ਨੇ ਕਿਹਾ ਕਿ ਯਾਰ ਮੇਰੇ ਮੈਨੂੰ ਲੱਗਾ ਕਿ ਯਾਰ ਫਿਲਮ 'ਚ ਵਿਆਹ ਨਹੀਂ ਹੋਣਾ 55 ਫਿਲਮਾਂ ਹੈ 70 80 ਫਿਲਮਾਂ ਲਗਣੀਆਂ ਨੇ ਤੇ 70 80 ਚ ਉਹੀ ਫਿਲਮਾਂ ਚੱਲੀਆਂ ਨੇ ਜਿਹੜੀਆਂ ਥੋੜੀਆਂ ਜਿਹੀ ਡਿਫਰੈਂਟ ਹੋਣਗੀਆਂ ਸੋ ਚੋਰ ਦਿਲ ਮੈਨੂੰ ਲੱਗਦਾ ਉਸੇ ਲੀਗ ਦੀ ਇੱਕ ਫਿਲਮ ਹੈ ਸੋ ਅਗੇਨ ਆਪਾਂ ਅੱਜ ਚੋਰ ਦਿਲ ਤੇ ਰਹਨੇ ਆ ਬਾਕੀ ਫਿਲਮਾਂ ਦੀ ਗੱਲ ਨੈਕਸਟ ਕਰਦੇ ਆ ਥੈਂਕ ਯੂ ਸੋ ਮੱਚ ਜੀ ਸਤਿ ਸ੍ਰੀ ਅਕਾਲ ਜੀ ਫਿਦਾ ਹਾਂਜੀ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਚੋਰ ਸੋਨਾ ਬਹੁਤ ਹੈ ਜਗਜੀਤ ਵੀਰੇ ਇਧਰ ਇਧਰ ਜੀ ਕਲਵੰਤ ਨਿਸ਼ਕਾਰਾਤ ਇਹ 'ਚ ਕੋਈ ਸ਼ੱਕ ਨਹੀਂ ਕਿ ਚੋਰ ਸੋਨਾ ਬਹੁਤ ਹੈ ਔਰ ਇਹ ਜਆ ਸੋਨਾ ਚੋਰ ਚੋਰੀ ਕਰਨਾ ਪੈਦਾ ਬੰਦਾ ਦਿਲ ਤਾਂ ਛੱਡੋ ਘਰ ਦੇ ਮੰਜੇ ਬਿਸਤਰੀ ਵਿੱਚ ਜੁਕਾ ਆਂਦਾ ਵੀ ਲੈ ਜਾ ਵੀ ਲੈ ਜਾ ਆ ਵੀ ਲੈ ਜਾ ਪਲੰਘ ਵੀ ਲੈ ਜਾ ਫੰਦੂਖ ਵੀ ਲੈ ਜਾ ਸੋ ਇਹ ਚੋਰ ਜਿਹੜਾ ਹੈ ਕਿੰਨਾ ਕੁ ਤੁਹਾਡੇ ਮਨ ਦੇ ਉੱਤੇ ਕਿਉਂਕਿ ਦਿਲ ਦੇਣਾ ਬੜਾ ਔਖਾ ਹੈ ਹਨਾ ਐਵੇਂ ਨਹੀਂ ਦਿੱਤਾ ਜਾਂਦਾ ਕਿਸੇ ਨੂੰ ਤੇ ਦਿਲ ਫਿਰ ਇਹ ਨੇੜੇ ਤੇੜੇ ਦੇ ਦਿੱਤਾ ਅਸੀਂ ਇੰਟਰਵਲ ਤੋਂ ਪਹਿਲਾਂ ਕਿ ਇੰਟਰਵਲ ਤੋਂ ਬਾਅਦ ਦਿੱਤਾ ਆ ਮੈਂ ਤੁਹਾਨੂੰ ਨਹੀਂ ਦੱਸੂੰਗੀ ਆ ਸਸਪੈਂਸ ਹੈ ਕਿ ਚੋਰ ਵਿਚਾਰਾ ਮਿੰਤਾ ਹੀ ਕਰਦਾ ਰਿਹਾ ਸਾਡਾ ਥੋੜਾ ਫਰੈਂਡਸ਼ਿਪ ਵਾਲਾ ਜ਼ੋਨ ਜ਼ਿਆਦਾ ਆ ਅਸੀਂ ਪ੍ਰੋਪਰ ਆ ਨਹੀਂ ਕਹਿ ਸਕਦੇ ਕਿ ਲਵ ਐਂਗਲ ਹੈਗਾ ਹੀ ਆ ਬਸ ਦਿਲ 'ਚ ਹੈ ਪਰ ਦੱਸ ਦੇ ਨਹੀਂ ਆ ਚੋਰੀ ਚੋਰੀ ਪਿਆਰ ਕਰਦੇ ਆ ਬਸ ਜਗਜੀਤ ਵੀਰੇ ਤੁਸੀਂ ਫੜੋ ਮਾਈਕ ਮੈਂ ਕਿਹ ਜਿਸ ਦਿਲ ਨਾਲ ਪਿਆਰ ਕੀਤਾ ਸੀ ਉਹ ਚੇਂਜ ਹੋ ਗਿਆ ਕਿਸੇ ਹੋਰ ਦਾ ਦਿਲ ਆ ਗਿਆ ਅੰਦਰ ਜਗਜੀਤ ਮੈਂ ਨਾ ਉਹ ਦੇਖ ਰਿਹਾ ਉੱਪਰ ਚੋਰ ਦਿਲ ਹਨਾ ਉੱਪਰ ਇੱਕ ਬਹੁਤ ਸੋਹਣੀ ਐਨੀਮੇਸ਼ਨ ਬਣੀ ਹੋਈ ਹੈ ਚੋਰ ਉਹ ਵੀ ਸੋਹਣਾ ਹੈ ਜਿਹੜਾ ਬੈਠਾ ਇਹ ਵੀ ਸੋਹਣਾ ਹੈ ਸੋ ਗੁਰਚੇਤ بھائی ਤੁਹਾਡੇ ਕੋਲੇ ਸਵਾਲ ਇੱਕ ਮੇਰਾ ਉਸ ਵਾਰ ਮਾਈਕ ਮਾਗੇ ਦੇਵਾਂਗਾ ਹਾਂਜੀ ਮੋਸਟਲੀ ਕੀ ਹੁੰਦਾ ਜਦੋਂ ਤੁਹਾਡਾ ਇੰਟਰਵਿਊ ਕਰਦੇ ਆ ਤੁਸੀਂ ਕਹਿੰਦੇ ਮੈਂ ਆਪਣੀਆਂ ਫਿਲਮਾਂ 'ਚ ਬਹੁਤ ਵਿਅਸਤ ਆ ਕਿਉਂਕਿ ਤੁਹਾਡਾ ਆਪਣਾ ਸਿਨੇਮਾ ਹੈਗਾ ਇੱਕ ਹੈ ਨਾ ਬਹੁਤ ਵੱਡਾ ਜਿਹਨੂੰ ਪੂਰੀ ਦੁਨੀਆ ਦੇਖਦੀ ਹੈ ਇਸ ਫਿਲਮ ਦਾ ਫਿਰ ਸਬੱਬ ਕਿਵੇਂ ਬਣਿਆ ਸਮਾਂ ਕਿਵੇਂ ਕੱਢਿਆ ਫਿਰ ਤੁਸੀਂ ਮੈਂ ਯੂਕੇ ਸੀਗਾ ਉੱਥੇ ਮੈਨੂੰ ਮੰਡ ਦਾ ਫੋਨ ਆਇਆ ਕਹਿੰਦਾ ਵੀ ਗੁਰਜੀਤ ਤੇਰੇ ਕਰਨ ਵਾਲਾ ਕਰੈਕਟਰ ਹੈ ਤੇ ਮੇਰਾ ਪੰਡਤ ਦਾ ਕਰੈਕਟਰ ਸੀ ਮੈਂ ਆ ਯਾਰ ਮੈਂ ਉਹਨਾਂ ਨੇ ਮੈਨੂੰ ਛੱਡਣਾ ਨਹੀਂ ਹੈਗਾ ਜਿੰਨਾਂ ਨਾਲ ਗਏ ਹੋਏ ਸੀਗੇ ਅਸੀਂ ਉੱਥੇ ਸ਼ੂਟ ਕਰਨ ਗਏ ਸੀਗੇ ਫਿਰ ਅਸੀਂ ਕਿਵੇਂ ਨਾ ਕਿਵੇਂ ਕਰਕੇ ਬਹਾਨੇ-ਭੂਨੇ ਮਾਰ ਕੇ ਆਏ ਫਿਰ ਮੈਨੂੰ ਉਹ ਕਰੈਕਟਰ ਮਿਲਿਆ ਕੀਤਾ ਮੈਂ ਬੜਾ ਮਜ਼ਾ ਆਇਆ ਜਗਜੀਤ ਸਰ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਛੋੜ ਦੇ ਲਈ ਸੋ ਉਹਏ ਭੋਲੇ ਉਹਨੂੰ ਇੰਨਾ ਭੋਲੇ ਨੂੰ ਪਿਆਰ ਮਿਲਿਆ ਉਦੇ ਕਿਰਦਾਰ ਨੂੰ ਇੰਨਾ ਪਿਆਰ ਮਿਲਿਆ ਹੈ ਲੋਕਾਂ ਨੇ تھیਟਰਸ ਦੇ ਥਰੂ ਤੁਹਾਨੂੰ ਦੱਸਿਆ ਸੋ ਇਸ ਕਰੈਕਟਰ ਦੇ ਵਿੱਚ ਵੀ ਕਿਉਂਕਿ ਹੁਣ ਹੋਰ ਵੀ ਜ਼ਿਆਦਾ ਤੁਸੀਂ ਤੁਹਾਡੀ ਜਿਹੜੀ ਸੂਝਬੂਝ ਹੈ ਕਰੈਕਟਰ ਨੂੰ ਲੈ ਕੇ ਸਿਨੇਮਾ ਨੂੰ ਸਮਝ ਦਿਓ ਤੁਸੀਂ ਸਕਰੀਨ ਤੇ ਬਹੁਤ ਪਿਆਰੀ ਲੱਗਦੀ ਹੈ ਉਹ ਦੇਖਣ ਚ ਤੇ ਸਰ ਇਹ ਕਰੈਕਟਰ ਕਿੰਨਾ ਕੁ ਹੋਰ ਐਂਟਰਟੇਨ ਕਰਨ ਲਈ ਮਤਲਬ ਕਿੰਨੀ ਕੁ ਡਿਫਰ ਲੈ ਕੇ ਆ ਰਹੇ ਹੋ ਕਿਉਂਕਿ ਭੋਲੇ ਦੇ ਵਿੱਚ ਜਿਹੜੀ ਉਹ ਐਂਟਰਟੇਨਮੈਂਟ ਦਾ ਜਿਹੜਾ ਲੈਵਲ ਸੀਗਾ ਬਹੁਤ ਜ਼ਿਆਦਾ ਸੀਗਾ ਜਿਹਨੇ ਐਂਟਰਟੇਨ ਕੀਤਾ ਤੇ ਇਹਦੇ ਵਿੱਚ ਲੈਵਲ ਕਿੰਨਾ ਕੁ ਹੈ ਇਸ ਕਰੈਕਟਰ ਦੇ ਵਿੱਚ ਦੇਖੋ ਮੈਂ ਅੱਗੇ ਵੀ ਕੱਲ ਕਹਿ ਕੇ ਹਟਿਆ ਕਿ ਜਿਹੜਾ ਪੰਜਾਬੀ ਸਿਨੇਮਾ ਚ ਹਜੇ ਐਂਟਰਟੇਨਮੈਂਟ ਗਾਇਬ ਨਹੀਂ ਹੋ ਸਕਦਾ ਕਿਉਂਕਿ ਸਾਡੀ ਨੇਚਰ ਚ ਉਹ ਉਹੀ ਬਹੁਤ ਆ ਕਹਿੰਦੇ ਕੀ ਕਹਿੰਦੇ ਹੁੰਦੇ ਆ ਇੰਗਲਿਸ਼ ਦਾ ਕਿਹੜਾ ਵਰਡ ਹੁੰਦਾ ਵੀ ਚਲੋ ਬਾਅਦ ਚ ਕਿ ਸਾਡੇ ਸੁਭਾਅ ਹੀ ਇਦਾਂ ਦੇ ਨੇ ਕਿ ਜਿਹੜੇ ਹਸਮੁਖ ਹੁੰਦੇ ਆ ਮਜ਼ਾਕੀਆ ਹੁੰਦੇ ਆ ਨਾ ਵੱਡੀ ਤੋਂ ਵੱਡੀ ਟੈਨਸ਼ਨ ਨੂੰ ਵੀ ਉਸ ਚ ਲੈ ਲੈਂਦੇ ਆ ਕਿ ਚਲੋ ਕੋਈ ਗੱਲ ਨਹੀਂ ਯਾਰ ਕੋਈ ਚੱਕਰ ਨਹੀਂ ਹੈ ਸੋ ਐਵੇਂ ਹੀ ਆ ਮੈਨੂੰ ਲੱਗਦਾ ਹਜੇ ਸਿਨੇਮਾ ਉਸ ਲੀਕ ਤੇ ਹੀ ਬਣੂਗਾ ਕਿ ਜਿਹੜੀ ਸਿਚੁਏਸ਼ਨ ਆ ਬਹੁਤ ਐਂਟਰਟੇਨਿੰਗ ਰਹੂਗੀ ਸੋ ਇੱਕ ਇਹ ਵੀ ਸੀਗਾ ਸਾਡੀ ਫਿਲਮ ਦੇ ਵਿੱਚ ਕਿਉਂਕਿ ਇਹਦੇ ਵਿੱਚ ਓਬਵੀਅਸਲੀ ਪਾਕਿਸਤਾਨੀ ਆਰਟਿਸਟ ਲਏ ਅਸੀਂ ਦੋ ਸੋ ਮੈਂ ਜੰਗ ਨੂੰ ਵੀ ਕਹਿੰਦਾ ਹੁੰਦਾ ਸੀ ਮੈਂ ਆ ਯਾਰ ਇਹ ਚੁਟਕਲੇ ਬੋਸ ਚ ਲਾਉਦੇ ਹੁੰਦੇ ਆ ਬਾਈ ਬਣ ਕੇ ਕੰਟਰੋਲ ਕਰਿਓ ਮੜਾ ਜਾ ਹੈ ਨਾ ਸੋ ਬਹੁਤ ਉਹਨਾਂ ਨੇ ਵੀ ਬਹੁਤ ਕੰਟਰੋਲ ਕੀਤਾ ਕਿਉਂਕਿ ਚੁਟਕਲਾ ਕੀ ਹੁੰਦਾ ਉਹ ਟਰੈਵਲ ਕਰਦਾ ਹੁੰਦਾ ਤੁਹਾਨੂੰ ਇੱਕ ਵਾਰ ਮੈਂ ਚੁਟਕਲਾ ਸੁਣਾਉਂਗਾ ਤੁਸੀਂ ਹੱਸ ਪੋਗੇ ਦੋ ਵਾਰ ਤੁਸੀਂ ਸਮਾਈਲ ਕਰ ਲੋਗੇ ਤੀਜੀ ਵਾਰ ਤੁਹਾਨੂੰ ਲੱਗੂਗਾ ਬਸ ਕਰ ਯਾਰ ਜਿਹੜੀ ਸਿਚੁਏਸ਼ਨ ਹੁੰਦੀ ਹੈ ਨਾ ਉਹ ਬਹੁਤ ਸਟਰੋਂਗ ਹੁੰਦੀ ਹੈ ਸੋ ਮੈਨੂੰ ਲੱਗਦਾ ਹੁੰਦਾ ਕ੍ਰੀਏਟੀਵਿਟੀ ਹੀ ਸਿ ਜੇ ਆਪਾਂ ਉਹਦੇ ਚ ਵਾਰ-ਵਾਰ ਆਪਾਂ ਚੁਟਕਲੇ ਰੱਖਾਂਗੇ ਸੋ ਉਹਦੇ ਚ ਸਿਚੁਏਸ਼ਨ ਤੇ ਰਾਈਟਰ ਦਾ ਕੰਮ ਖਤਮ ਹੋ ਜਾਂਦਾ ਸੋ ਉਹ ਵਧੀਆ ਰਿਹਾ ਅਸੀਂ ਉਹਨਾਂ ਨੂੰ ਬਹੁਤ ਕੰਟਰੋਲ ਕੀਤਾ ਤਾਂ ਉਹਨਾਂ ਨੇ ਉਹਨਾਂ ਨੂੰ ਕੰਟਰੋਲ ਕਰਨਾ ਹਾਲਾ ਕਿ ਬਹੁਤ ਔਖਾ ਸੀਗਾ ਕਿਉਂਕਿ ਉਹਨਾਂ ਦੇ ਉੱਥੇ ਮੀਟਰ ਫਿਕਸ ਹੋਏ ਹੁੰਦੇ ਆ ਸੋ ਉਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਸੋ ਓਵਰ ਆਲ ਜਿਹੜਾ ਉਹ ਹੀ ਕਹਿਣਾ ਕਿ ਕਹਾਣੀ ਹੈ ਜਿਹੜੀ ਜਦੋਂ ਆਪਾਂ ਇਹਨੂੰ ਕਹਾਣੀ ਨੂੰ ਦੇਖਾਂਗੇ ਉਹਦੇ ਚ ਸਿਚੁਏਸ਼ਨਾਂ ਪੈਦਾ ਹੋਣਗੀਆਂ ਤਾਂ ਉਹ ਨਿਕਲ ਕੇ ਐਂਡ ਤੇ ਫਾਨੀ ਆਉਣਾ ਸਰ ਪਾਕਿਸਤਾਨੀ ਸਨਮਾਨ ਨੂੰ ਵੀ ਆਪਾਂ ਉਹਦੇ ਦੇ ਥੀਏਟਰ ਨੂੰ ਵੀ ਬਹੁਤ ਇੰਜੋਏ ਕਰਦੇ ਆ ਉਹਦੇ ਦੇ ਆਰਟਿਸਟ ਬਹੁਤ ਪਿਆਰਾ ਕੰਮ ਕਰਦੇ ਆ ਉਹਨਾਂ ਦੇ ਨਾਲ ਤੁਹਾਡੀ ਕੰਬੀਨੇਸ਼ਨ ਆਉਣਾ ਇਹ ਵੀ ਕਮਾਲ ਗੱਲ ਹੈ ਤੇ ਉਹਨਾਂ ਦੇ ਨਾਲ ਤੁਹਾਡੇ ਕੰਬੀਨੇਸ਼ਨ ਕਿਵੇਂ ਤੁਹਾਡਾ ਕੰਪੈਟੀਬਿਲਿਟੀ ਮੈਨੂੰ ਸੱਚੀ ਮੈਨੂੰ ਕਈ ਵਾਰ ਸਰਪ੍ਰਾਈਜ਼ ਵੀ ਹੁੰਦਾ ਨਾ ਕਿ ਪਾਕਿਸਤਾਨੀ ਸੀਰੀਅਲਸ ਬਹੁਤ ਪਸੰਦ ਨੇ ਆ ਨਾ ਬਹੁਤ سارے ਲੋਕਾਂ ਨੂੰ ਮੈਂ ਵੀ ਵਿੱਚੋਂ ਵਿੱਚੋਂ ਦੇਖਦਾ ਰਹਿਣਾ ਨਾ ਉਹ ਬਹੁਤ ਰੀਅਲਿਸਟਿਕ ਹੁੰਦੇ ਆ ਤੋਂ ਮੈਨੂੰ ਲੱਗਦਾ ਜਿਹੜੀ ਕਲਾ ਹੈ ਉਹਨਾਂ ਲੋਕਾਂ ਚ ਪਈ ਹੈ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਹੁੰਦੇ ਆ ਜਿੱਥੇ ਟੈਕਨੋਲੋਜੀ ਜ਼ਿਆਦਾ ਆ ਜਾ ਉੱਥੇ ਕਲਾ ਦੀ ਬਜਾਇਸ਼ ਹੋਰ ਪੈਦਾ ਹੋਣ ਲੱਗ ਜਾਂਦਾ ਸੋ ਮੈਨੂੰ ਲੱਗਦਾ ਉਹ ਜੇ ਟੈਕਨੋਲੋਜੀ ਵਾਈਜ਼ ਪਿੱਛੇ ਆ ਤਾਂ ਕਰਕੇ ਉਹਨਾਂ ਚ ਕਲਾ ਬਹੁਤ ਪਿਓਰ ਹੈ ਚਾਹੇ ਅਨੁਸ਼ਰਧ ਪਤੇਲੀ ਖਾਨ ਸਾਹਿਬ ਹੋਣ ਸਾਰੇ ਹੋਣ ਕਮਾਲ ਹੀ ਬੈਠੇ ਆ ਉੱਥੇ ਹੈ ਨਾ ਫਨਕਾਰ ਵੀ ਹੁਣ ਪਿੱਛੇ ਜੀ ਉਹਨਾਂ ਨੇ ਮੋਲਾ ਜੱਟ ਫਿਲਮ ਬਣਾਈ ਅਜੀ ਸਰਪ੍ਰਾਈਜ਼ ਹੋ ਗਏ ਸੀਗੇ ਆ ਜੀ ਜੀ ਕਿ ਯਾਰ ਕਿੱਥੋਂ ਆ ਗਏ ਨਿਕਲ ਕੇ ਇਹ ਹੈ ਨਾ ਉਹਨਾਂ ਦੀਆਂ ਸਾਰੀਆਂ ਪੁਰਾਣੀਆਂ ਫਿਲਮਾਂ ਬੋਲ ਲਾ ਲੋ ਉਹਨਾਂ ਦੀ ਮੈਂ ਪੁਰਾਣੀਆਂ ਫਿਲਮਾਂ ਬਹੁਤ ਦੇਖਦਾ ਹਾਂ ਨਾ ਸੋ ਮੈਨੂੰ ਲੱਗਦਾ ਉਹਦੇ ਚ ਵੀ ਜਿਹੜੇ ਐਕਟਰ ਸੀ ਪੰਜਾਬੀ ਫਿਲਮਾਂ ਉਹਨਾਂ ਦੀ ਹੈ ਨ ਮਨਵਰ ਫਰੂਕੀ ਉਹ 1940 ਦੇ ਵਿੱਚ ਮੈਂ ਜਾਵਾ ਉਹਨਾਂ ਦਾ ਸਿਨੇਮਾ ਦੇਖਾਂ ਤਾਂ ਮੈਨੂੰ ਇਹ ਲੱਗਦਾ ਕਿ ਜਿੰਨਾ ਬਾਲੀਵੁੱਡ 'ਚ ਕੰਮ ਹੋਇਆ ਉਹਨਾਂ ਨੂੰ ਦੇਖਣ ਤੋਂ ਬਾਅਦ ਸੋ ਸਾਰਾ ਮੈਨੂੰ ਲੱਗਦਾ ਉਹਨਾਂ ਦੀਆਂ ਫਿਲਮਾਂ ਦੇਖਣ ਤੋਂ ਬਾਅਦ ਹੋਇਆ ਸੋ ਮੈਨੂੰ ਤਾਂ ਹਮੇਸ਼ਾ ਹੀ ਵਧੀਆ ਲੱਗਦੇ ਆ ਪਾਕਿਸਤਾਨੀ ਆਰਟਿਸਟ ਸਰ ਪੋਲੇ ਵਿੱਚ ਬਰਬਰੀ Song ਨੇ ਬਹੁਤ ਵਾਇਵਾਇ ਲੁੱਟੀ ਸੀ ਕੋਈ ਇਹਦੇ ਵਿੱਚ ਵੀ ਇਦਾਂ ਦਾ ਸਿਚੁਏਸ਼ਨਲ Song ਹੈਗਾ ਜਿਹਦੇ ਵਿੱਚ ਮਤਲਬ ਇਦੇ ਚ ਹਾਂ ਸਿਚੁਏਸ਼ਨ Song ਉਦਾਂ ਦਾ ਨਹੀਂ ਹੈ ਜੀ ਚਲੋ ਉਹ ਇੱਕ ਅਲੱਗ ਕਨਸੈਪਟ ਸੀਗਾ ਜੀ ਜੀ ਸੋ ਇਹਦੇ ਚ ਪਰ ਉਹ ਸੇਮ ਨਾ ਹੋ ਜੇ ਸੋ ਉਦਾਂ ਦਾ ਕਨਸੈਪਟ ਆਪਾਂ ਨਹੀਂ ਲਿਆ ਸਕਦੇ ਵਾਰ-ਵਾਰ ਹਨਾ ਉਹ ਇੱਕ ਉਸ ਕਹਾਣੀ ਦੀ ਡਿਮਾਂਡ ਸੀਗੀ ਇਸ ਕਹਾਣੀ ਦੀ ਡਿਮਾਂਡ ਕੁਝ ਹੋਰ ਹੈ ਕਿਉਂਕਿ ਇਹ ਬਾਹਰ ਰਹਿੰਦੇ ਆ ਇਸ ਕਰਕੇ ਉੱਥੇ ਕੁੱਪ ਤਾਂ ਆਪਾਂ ਲਾ ਨਹੀਂ ਸਕਦੇ ਪਾਥੀਆਂ ਵੀ ਨਹੀਂ ਲਾ ਸਕਦੇ ਸੋ ਸਿਚੁਏਸ਼ਨ ਡਿਫਰੈਂਟ ਇਵੈਂਟ ਸੀਗੀ ਥੈਂਕ ਯੂ ਸਰ ਗੁੱਡ ਲੱਕ ਫਿਰ ਫੇਅਰ ਅਗੇਨ ਕਮਿੰਗ ਟੂ ਯੂ ਵਿਦ ਮਾਈ ਲਾਸਟ ਕੁਐਸਚਨ ਫਿਰ ਮੈਨੂੰ ਇਹ ਬਤਾਉਜਤ ਸਾਡੇ ਘਰ ਕੋਈ ਬੱਚਾ ਆਂਦਾ ਛੋਟੇ ਹੁੰਦੇ ਉਹਨੂੰ ਅਸੀਂ ਪੁੱਛਦੇ ਹਾਂ ਕਿ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਸੋ ਥਿਸ ਇਜ਼ ਦ ਕੁਐਸਚਨ ਟੂ ਯੂ ਆਲਸੋ ਥਿਸ ਇਜ਼ ਯਰ ਡੈਬਿਊ ਫਿਲਮ ਵੱਡੇ ਹੋ ਕੇ ਕੀ ਬਣੋਗੇ ਨਹੀਂ ਵੱਡੇ ਆਰਟਿਸਟ ਹੋ ਕੇ ਕੀ ਬਣੋਗੇ ਤਾਂ ਮੇਰਾ ਇੱਕ ਕਨਟੈਕਸਟ ਐਕਚੁਅਲੀ ਸਰ ਤਾਂ ਜਦ ਤੁਸੀਂ ਸਟਾਰਟ ਕਰਦੇ ਹੋ ਨਾ ਇੱਕ ਜਰਨੀ ਨੂੰ ਤੁਸੀਂ ਇੱਕ ਆਰਟਿਸਟ ਕਿਸ ਤਰ੍ਹਾਂ ਦੇਖਦੇ ਹੋ ਵਿਚ ਐਕਟ੍ਰੈਸ ਯੂ ਫਾਲੋ ਕਿ ਮੈਂ ਉਸ ਤਰ੍ਹਾਂ ਦੀ ਐਕਟ੍ਰੈਸ ਬੰਨਣਾ ਹੈ ਜਦੋਂ ਮੈਂ ਪਾਲਿਸ਼ ਚੋਰ ਦੇਲ ਤੁਹਾਡੀ ਸਟਾਰਟਿੰਗ ਹੈ ਤਾਂ ਮੈਂ ਸਿੱਖਿਆ ਕਿਉਂਕਿ ਤਾਂ ਸਿੱਖਣ ਨੂੰ ਬਹੁਤ ਕੁਝ ਮਿਲ ਗਿਆ ਤੇ ਯੂਨੀਵਰਸਿਟੀਆਂ ਮਿਲ ਗਿਆ ਜਗਜੀਤ ਫਨੀ ਮੋੜ ਤੇ ਇੱਥੇ ਵੀ ਆ ਹਾਲੇ ਆ ਸਹੀ ਗੱਲ ਹੈ ਦਾੜੀ ਦਾੜੀ ਹੁਣ ਕਟਾਲੀ ਤੁਸੀਂ ਕਲੀਨ ਸ਼ੇਵ ਹੋ ਕੇ ਆਏ ਹੋ ਨਾ ਤੁਸੀਂ ਪਾਲਿਸ਼ ਹੋ ਕੇ ਆਏ ਹੋ ਅੱਜ ਪਾਲਿਸ਼ ਤਾਂ ਲੱਗੀ ਹੋਈ ਹੈ ਚਲੋ ਬਤਾਓ ਫਿਰ ਫਿਦਾ ਮੈਂ ਸਭ ਸਾਰੇ ਆਰਟਿਸਟਾਂ ਤੋਂ ਬਹੁਤ ਕੁਝ ਸਿੱਖਦੀ ਆ ਜੀ ਕਿਉਂਕਿ ਇਹਦੇ ਵਿੱਚ ਇੱਕ ਚੀਜ਼ ਤਾਂ ਹੈਗੀ ਰਹੀ ਆ ਕਿ ਤੁਸੀਂ ਇੱਕ ਚੀਜ਼ ਤੇ ਕੰਮ ਕਰਨਾ ਮੈਨੂੰ ਲੱਗਦਾ ਮਲਟੀ ਟੈਰੈਂਟਡ ਤੁਹਾਨੂੰ ਹੋਣਾ ਚਾਹੀਦਾ ਵੇਰੀਏਸ਼ਨ ਹੋਣੀ ਚਾਹੀਦੀ ਹੈ ਹਰ ਇੱਕ ਕੈਰੈਕਟਰ ਨੂੰ ਨਿਭਾਉਣ ਲਈ ਸੋ ਮੈਂ ਇੱਕ ਕਿਸੇ ਨੂੰ ਫੋਲੋ ਨਹੀਂ ਕਰਦੀ ਮੈਂ ਹਰ ਕਿਸੇ ਨੂੰ ਦੇਖਦੀ ਆ ਮੈਨੂੰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਜਿਵੇਂ ਰਾਧਿਕਾ ਆਪਤੇ ਹੈ ਉਹਨਾਂ ਦਾ ਕੰਮ ਮੈਨੂੰ ਵਧੀਆ ਲੱਗਦਾ ਹੈ ਦੀਪਿਕਾ ਜੀ ਉਹਨਾਂ ਦਾ ਕੰਮ ਵਧੀਆ ਲੱਗਦਾ ਹੈ ਸੋ ਇਦਾਂ ਆ ਯਾ ਥੈਂਕ ਯੂ ਫਿਦਾ ਜੀ ਮੇਰਾ ਕੁਐਸਚਨ ਹੈ ਇੱਕ ਤੁਹਾਨੂੰ ਕਿ ਤੁਹਾਡਾ ਇੰਡਸਟਰੀ ਦੇ ਦਿਲ ਕਿੰਦੇ ਤੇ ਫਿਦਾ ਹੈ ਹਾਂਜੀ Uh, मैं फिदा हूँ अपने काम पे अभी मेरा फोकस सिर्फ काम की तरफ है सो so, मुझे उसमें ही मज़ा आ रहा है बस थैंक यू थैंक यू सो मच